ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਤ ਦੋਨੋਂ ਵਾਰ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਖਬਰ ਅਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਖਬਰ ਅਤੇ ਨਜ਼ਰ ਲੈ ਕੇ ਅੱਜ ਹੋ ਚੁੱਕੇ ਹਾਂ ਅਤੇ ਮੇਰੇ ਨਾਲ ਜੁੜ ਚੁੱਕੇ ਨੇ ਇਸ ਟਾਈਮ ਬਲੋਰ ਸਟੂਡੀਓਜ਼ ਤੋਂ ਮਿੰਟੂ ਗੁਰੂ ਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮਾਨ ਤੋਂ, ਸੁੱਚਾ ਸਿੰਘ ਫਰੈਜ਼ਨੋ ਤੋਂ, ਨਰਜੀਤ ਸਿੰਘ, ਕੁਲਵੰਤ ਕੌਰ ਪੱਡਾ ਰੋਜ਼ਵੈਲ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ, ਬਿੰਦਰ ਧਾਲੀਵਾਲ ਬੇਕਰਸਫੀਲਡ ਤੋਂ, ਜਰਨੈਲ ਸਿੰਘ ਜੌਹਲ ਲਿਨਵੁੱਡ ਤੋਂ, ਗੁਰਚਰਨ ਸਿੰਘ ਬੇਕਰਸਫੀਲਡ ਤੋਂ, ਸਟੋਨ ਕ੍ਰੀਕ ਪਾਰਕ ਵਾਲੇ ਸਾਰੇ ਹੀ ਬਜ਼ੁਰਗ ਬੇਕਰਸਫੀਲਡ ਤੋਂ, ਦਰਸ਼ਨ ਸਿੰਘ ਸੇਖੋਂ ਬੇਕਰਸਫੀਲਡ ਤੋਂ, ਕ੍ਰਿਸ਼ਨ ਧਨੋਤਾ ਜੀ ਯੂਨੀਵਰਸਿਟੀ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਜੱਸੀਗਲ ਪਲੰਬਿੰਗ ਵਾਲੇ ਬੇਕਰਸਫੀਲਡ, ਗੁਰਮੁਖ ਸਿੰਘ ਜੌਹਲ ਬੇਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ ਯੂਨੀਅਨ ਸਿਟੀ, GN ਟਾਇਰ ਐਂਡ ਲੂਬ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ, ਨਵੇਂ ਪੁਰਾਣੇ ਟਾਇਰ ਇਹਨਾਂ ਤੋਂ ਖਰੀਦ ਸਕਦੇ ਹੋ। ਦੋ ਲੋਕੇਸ਼ਨਸ ਨੇ, ਸੈਂਟਾਨੈਲਾ ਵਿੱਚ ਅਤੇ ਮਡੇਰਾ 'ਚ। ਹੋਰ ਜਾਣਕਾਰੀ ਲਈ ਕਾਲ ਨੇ ਮਾਸੋ ਹੋਤਾ 209-277-0113, 209-277-0113 ਅਤੇ ਇਸ ਦੇ ਨਾਲ ਨਾਲ ਕਾਂਗ ਟਰਾਂਸਪੋਰਟੇਸ਼ਨ ਯੂਨੀਵਰਸਿਟੀ ਵਾਲੇ। ਇਸ ਟਾਈਮ ਇਹਨਾਂ ਨੂੰ ਜਿਹੜੇ ਜੀ ਟਰੱਕ ਡਰਾਈਵਰਸ, ਓਨਰ ਓਪਰੇਟਰ ਦੀ ਜ਼ਰੂਰਤ ਆ। 60 ਸੈਂਟ ਪਰ ਮਾਈਲ ਡਰਾਈਵਰਸ ਨੂੰ ਮਿਲਣਗੇ, ਪੱਕੀ ਲੋੜ ਨੇ। ਟ੍ਰੇਲਰ ਇਹਨਾਂ ਦੇ ਕੋਲੋਂ ਤੁਸੀਂ ਰੈਂਟ ਕਰ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਸੰਨੀ ਕੰਗ 530-301-9929 530-301-9929 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-9798 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। BJP ਨੇ ਲਾਲ ਕਿਲ੍ਹਾ ਨਿੱਜੀ ਕੰਪਨੀ ਨੂੰ ਸੌਂਪਿਆ, ਕਾਂਗਰਸ ਨੇ ਹੱਲਾ ਬੋਲਿਆ। ਦੇਖੋ, ਲਾਲ ਕਿਲ੍ਹੇ ਦਾ ਬੜਾ ਰੌਲਾ ਪਿਆ ਅੱਜ। ਕਾਂਗਰਸੀ ਇਹ ਕਹਿੰਦੇ ਕਿ ਇਹਨਾਂ ਨੇ ਤੇ ਲਾਲ ਕਿਲ੍ਹੇ ਦੇ ਵੀ ਫੱਟੇ ਚੁੱਕ ਦਿੱਤੇ ਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਸੰਸਦ ਨੂੰ ਵੀ ਰੱਖਦੇ ਨੇ ਗਿਰਵੀ। ਗੁਰਜੀਏ ਜੀ, ਇਹ ਅੱਜ ਬਹੁਤ ਵੱਡਾ ਮੁੱਦਾ ਬਣਿਆ ਰਿਹਾ ਸਿਆਸਤ ਦੇ ਸਫ਼ਾ ਅੰਦਰ। ਇਹਦੇ ਵਿੱਚ ਹੋਇਆ ਕੀ ਆ ਕਿ ਇਹਨਾਂ ਨੇ ਇੱਕ ਐਡੋਪਟ ਦਾ ਹੈਰੀਟੇਜ ਯੋਜਨਾ ਲਿਆ ਕਿ ਉਹਦੇ ਤਹਿਤ ਕੁਛ ਹੈਰੀਟੇਜ ਇਸ ਤਰ੍ਹਾਂ ਦੇ, ਕੁਛ ਇਸ ਤਰ੍ਹਾਂ ਦੇ ਸਥਾਨ ਆ ਜਿਹੜੇ ਉਹ ਪ੍ਰਾਈਵੇਟ ਗਰੁੱਪਾਂ ਨੂੰ ਸੌਂਪਣ ਦਾ ਫੈਸਲਾ। ਜਿਹੜਾ ਇਹ ਲਾਲ ਕਿਲ੍ਹਾ ਵਾ ਉਹ ਚਲੇ ਗਿਆ ਡਾਲਮੀਆ ਗਰੁੱਪ ਦੇ ਕੋਲ। ਇਹ 25 ਕਰੋੜ ਰੁਪਈਏ ਚ ਇਕਰਾਰ ਕੀਤਾ ਗਿਆ, ਦੱਸਦੇ ਆ 5 ਸਾਲ ਵਾਸਤੇ, ਯਾਨੀ 1 ਸਾਲ ਦਾ 5 ਕਰੋੜ ਰੁਪਈਆ ਉਹਨਾਂ ਨੇ ਦੇਣਾ। ਹਾਲਾਂਕਿ ਉਹ ਦਾਅਵਾ ਕਰਦੇ ਪਏ ਆ ਕਿ ਅਸੀਂ ਇਹਦੇ ਤੇ ਕਾਫੀ ਖਰਚ ਕਰਾਂਗੇ, ਕਾਫੀ ਸਹੂਲਤਾਂ ਦੇਵਾਂਗੇ, ਜਿੱਦਾਂ ਡਿਜੀਟਲ ਸਕਰੀਨਿੰਗ, ਫ੍ਰੀ ਵਾਈਫਾਈ, ਡਿਜੀਟਲ ਇੰਟਰੈਕਟਿਵ ਕਿਊਸਿਕ, ਪਾਣੀ, ਟੈਕਸਟਾਈਲ, ਨਕਸ਼ਾ, ਰਸਤਿਆਂ ਤੇ ਲਾਈਟਿੰਗ, ਟੋਇਲਟ, ਬੈਟਰੀ ਤੇ ਚੱਲਣ ਵਾਲੇ ਰਕਸ਼ੇ, ਕੈਫੇਟੇਰੀਆ, ਇਹ ਸਾਰੀਆਂ ਸਹੂਲਤਾਂ ਦੇਵਾਂਗੇ। ਪਰ ਦੂਸਰੇ ਪਾਸੇ ਜਿਹੜੇ ਇਹਨਾਂ ਦੇ ਸਿਆਸੀ ਵਿਰੋਧੀ ਆ ਉਹਨਾਂ ਦੇ ਗੱਲੋਂ ਇਹ ਮੁੱਦਾ ਨਹੀਂ ਲੈਂਦਾ ਪਿਆ। ਉਹ ਕਹਿੰਦੇ ਕਿ ਇਹਨਾਂ ਨੇ ਜੋ ਵੀ ਕੀਤਾ ਬਹੁਤ ਮਾੜਾ ਕੀਤਾ, ਕਾਰਪੋਰੇਟ ਘਰਾਣਿਆਂ ਨੂੰ ਸਾਰਾ ਕੁਛ ਵੇਚਦੇ ਜਾ ਰਹੇ ਆ ਜੀ। ਹਾਲਾਂਕਿ ਇਹ ਤਰਕ ਦਿੰਦੇ ਪਏ ਆ, ਕਹਿੰਦੇ ਜੀ ਕਿ ਇਹਦੇ ਨਾਲ ਕਮਾਈ ਵਧੂਗੀ। ਸੋ ਉਹ ਕਹਿੰਦੇ ਪਏ ਆ ਕਿ ਕਮਾਈ ਕਮੂਈ ਕੁਛ ਨਹੀਂ, ਇਹ ਝੂਠ ਬੋਲਦੇ ਆ। ਅਸਲ ਦੇ ਵਿੱਚ ਇਹਨਾਂ ਨੇ ਆਪਣੇ ਮਿੱਤਰਾਂ ਨੂੰ ਖੁਸ਼ ਕਰਨਾ, ਆਪਣੇ ਬਿੱਲੀਆਂ ਨੂੰ ਖੁਸ਼ ਕਰਨਾ। ਪਰ ਖੈਰ ਇਹ ਤੇ ਹੈਗੀਆਂ ਨੇ ਗੱਲਾਂ ਰਾਜਨੀਤਿਕ, ਔਰ ਤੁਹਾਨੂੰ ਪਤਾ ਹੀ ਆ ਰਾਜਨੀਤਿਕ ਗੱਲਾਂ ਦੇ ਵਿੱਚ ਇੱਧਰ ਉੱਧਰ ਹੋ ਜਾਂਦਾ। ਪਰ ਜਿਹੜੀ ਤਥਾਤਮਕ ਗੱਲ ਆ ਉਹ ਇਸ ਮਾਮਲੇ ਦੇ ਵਿੱਚ ਆ ਕਿ 2016 ਦੀ ਜੁਲਾਈ ਦੇ ਵਿੱਚ ਸੰਸਕ੍ਰਿਤੀ ਮੰਤਰੀ ਆ ਜਿਹੜਾ ਮਹੇਸ਼ ਸ਼ਰਮਾ ਉਸ ਸਮੇਂ ਦਾ, ਉਹ ਲੋਕ ਸਭਾ ਚ ਇੱਕ ਫਿਗਰ ਰੱਖਦਾ 2013। ਉਹ ਕਹਿੰਦਾ ਕਿ ਤਾਜ ਮਹਿਲ ਤੋਂ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਉਹਨੇ 75 ਕਰੋੜ ਰੁਪਈਏ ਕਮਾਏ ਆ। ਯਾਨੀ 3 ਸਾਲਾਂ ਦੇ ਵਿੱਚ ਕਿੰਨਾ ਕਮਾਇਆ? 75 ਕਰੋੜ ਰੁਪਈਆ। ਇਹਦੇ ਤੇ ਖਰਚ ਕਿੰਨਾ ਹੋਇਆ? 11 ਕਰੋੜ ਰੁਪਈਆ। ਯਾਨੀ ਰੱਖ ਰਖਾਵ ਤੇ ਸਾਂਭ ਸੰਭਾਲ ਤੇ ਜਿਹੜਾ ਖਰਚ ਹੋਇਆ ਉਹ ਔਸਤਨ 3-4 ਕਰੋੜ ਰੁਪਈਆ। ਔਰ ਸੰਗਮਰਮਰ ਵੀ ਲਾਈ ਸੀਗੀ ਉਹਨਾਂ ਦਿਨਾਂ ਦੇ ਵਿੱਚ, ਮੇਰੇ ਖਿਆਲ ਦੇ ਨਾਲ 2015-16 ਦੀ ਗੱਲ ਆ, ਤਾਂ ਉਹਦੇ ਤੇ ਸਿਰਫ 55 ਲੱਖ ਰੁਪਈਆ ਖਰਚ ਆਇਆ ਸੀਗਾ। ਹੁਣ ਦੂਜੇ ਪਾਸੇ ਜੇ ਲਾਲ ਕਿਲ੍ਹੇ ਦੀ ਗੱਲ ਕਰੀਏ ਤੇ ਇਹ ਚਿੱਟਾ ਹਾਥੀ ਨਹੀਂ ਹੈ, ਬਲਕਿ ਇਹ ਦੁੱਧ ਦੇਣ ਵਾਲੀ ਗਊ ਆ ਲਾਲ ਕਿਲ੍ਹਾ। ਇਹਦੇ ਤੋਂ ਤਾਜ ਮਹਿਲ ਤੋਂ ਵੀ ਜ਼ਿਆਦਾ ਕਮਾਈ ਖੁਰਾ। ਔਰ ਇਹਦੀ 2013-14 ਦੀ 1 ਸਾਲ ਦੀ ਕਮਾਈ ਸੀਗੀ ਜਿਹੜੀ, ਉਹ 6 ਕਰੋੜ 16 ਲੱਖ ਦੀ ਸੀਗੀ 13-14 ਚ। ਜਿਹੜੇ ਫਿਗਰ ਸਾਡੇ ਕੋਲ ਮੌਜੂਦ ਆ
ਉਹਨਾਂ ਦੇ ਆਧਾਰ ਤੇ ਜੇ ਆਪਾਂ ਦੇਖੀਏ ਤਾਂ ਤੁਸੀਂ ਇੱਕ ਹਿਸਾਬ ਲਾ ਲਓ ਮੋਟਾ ਜਿਹਾ ਕਿ ਇੱਕ ਸਾਲ ਦੇ ਵਿੱਚ ਅੱਜ ਤੋਂ 5 ਸਾਲ ਪਹਿਲਾਂ ਦੀ ਕਮਾਈ 6 ਕਰੋੜ 16 ਲੱਖ ਸੀਗੀ ਤੇ ਹੁਣ ਕਿੱਥੇ ਚਲੇ ਗਈ ਹੋਏਗੀ। ਸੋ ਇਹ ਇਸ ਤਰ੍ਹਾਂ ਦੇ ਲੌਜਿਕ ਜਿਹੜੇ ਦਿੱਤੇ ਜਾ ਰਹੇ ਆ ਉਹ ਬੜੇ ਦਮਹੀਨ ਜੇ ਨਜ਼ਰ ਆਉਂਦੇ। ਅਸਲ ਦੇ ਵਿੱਚ ਜਿਹੜੇ ਦੋਸ਼ ਆ ਉਹ ਕਿਤੇ ਨਾ ਕਿਤੇ ਦਮਦਾਰ ਨਜ਼ਰ ਆਉਂਦੇ ਕਿ ਯਾਰਾਂ ਮਿੱਤਰਾਂ ਨੂੰ ਖੁਸ਼ੀਆਂ ਸੌਂਪੀਆਂ ਜਾ ਰਹੀਆਂ ਕਿਉਂਕਿ ਚੋਣਾਂ ਤੋਂ ਫੰਡ ਛੰਡ ਵੀ ਲੈਣਾ, ਚੋਣਾਂ ਦਾ ਸਮਾਂ ਆ ਜਾਣਾ, ਚੋਣਾਂ ਦਾ ਮੌਸਮ ਆ ਜਾਣਾ। ਪਰ ਮੇਰੇ ਖਿਆਲ ਦੇ ਨਾਲ ਇਹ ਚੀਜ਼ਾਂ ਗਲਤ ਨੇ। ਦੇਖੋ ਭਾਵੇਂ ਕੋਈ ਚੀਜ਼ ਇਸ ਤਰ੍ਹਾਂ ਦੀ ਕੋਈ ਇਤਿਹਾਸਿਕ ਇਮਾਰਤ ਜਿਹੜੀ ਕੋਈ ਘਾਟੇ ਚ ਵੀ ਹੋਵੇ ਤੇ ਉਹ ਸਰਕਾਰ ਨੂੰ ਘਾਟਾ ਚੱਲ ਲੈਣਾ ਚਾਹੀਦਾ ਕਿਉਂਕਿ ਇਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਇਤਿਹਾਸ ਤੇ ਜੁੜੇ ਹੀ ਹੁੰਦਾ, ਬਹੁਤ ਸਾਰੀਆਂ ਹੋਰ ਚੀਜ਼ਾਂ ਜਿੱਦਾਂ ਸਾਡਾ ਦੇਸ਼ ਦਾ ਮਾਨ ਸਨਮਾਨ ਉਹ ਵੀ ਜੁੜਿਆ ਹੁੰਦਾ, ਲੋਕਾਂ ਦਾ ਇੱਕ ਭਾਵਨਾਤਮਕ ਜੁੜਾਵ ਵੀ ਹੁੰਦਾ। ਤੇ ਜਦੋਂ ਕੋਈ ਨਿੱਜੀ ਪਲੇਅਰ ਇਸ ਗੇਮ ਦੇ ਵਿੱਚ ਆ ਜਾਊਗਾ ਉਹ ਫਿਰ ਕਮਾਈ ਵਾਲੇ ਪਾਸੇ ਜ਼ਿਆਦਾ ਹੋ ਜਾਊਗਾ। ਔਰ ਸਾਡੇ ਇੱਥੇ ਸਧਾਰਨ ਤੋਂ ਸਧਾਰਨ ਬੰਦਾ ਵੀ ਇਹਨਾਂ ਥਾਵਾਂ ਤੇ ਚਲਾ ਜਾਂਦਾ ਕਿਉਂਕਿ ਟਿਕਟ ਬੜੀ ਮਾਮੂਲੀ ਹੁੰਦੀ ਆ। ਕੱਲ ਤੋਂ ਜਿਵੇਂ ਬਾਹਰਲੇ ਮਿਊਜ਼ੀਅਮ ਦੀ ਟਿਕਟ ਹੁੰਦੀ ਹੈ ਕੋਈ $10 ਕੋਈ $20, ਜੇ ਇੱਥੋਂ ਤੱਕ ਕੋਈ ਲੈ ਗਿਆ ਧੱਕ ਧੱਕਾ ਕੇ ਹੋਰ ਨੀ ਕੋਈ 250 ਹੀ ਕਰ ਦਿੱਤੀ ਤੇ 4 ਜੀਆਂ ਦਾ 1000 ਰੁਪਇਆ ਬਣ ਗਿਆ। ਅਗਲਾ ਕਹਿੰਦਾ ਛੱਡੋ ਖੜਾ, ਕੁਤਬ ਮਿਨਾਰ ਚ ਜ਼ਰੂਰ ਜਾਣਾ, ਲਾਲ ਕਿਲ੍ਹੇ ਚ ਜ਼ਰੂਰ ਜਾਣਾ, ਕਦੇ ਫਿਲਮ ਵੇਖ ਕੇ ਤੇ ਮੁੜ ਚੱਲਦੇ ਹਾਂ, ਨਾਲੇ 3 ਘੰਟੇ ਪੱਖੇ ਦੀ ਹਵਾ ਚ ਬੈਠਾਂਗੇ। ਸੋ ਇਹ ਸਾਰਾ ਕੁਛ ਹੈ ਜਿਹੜਾ ਇਹ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ ਦੇ ਵਿੱਚ ਆ। ਬਾਕੀ ਇਹ ਜੇ ਆਪਾਂ ਫਾਇਦੇ ਨੁਕਸਾਨ ਦੀ ਗੱਲ ਕਰੀਏ ਤੇ ਹੁਣ ਦੇਖੋ ਓਲੰਪਿਕ ਦੇ ਵਿੱਚ ਕੋਈ ਮੈਡਲ ਜਿੱਤਦਾ ਖਿਡਾਰੀ ਤੇ ਜਦੋਂ ਉਹ ਪੌੜੀਆਂ ਤੇ ਖੜਦਾ 1 2 3 ਜਿੱਥੇ ਤਿੰਨ ਪਹਿਲੇ ਤਿੰਨ ਜਿਹੜੇ ਖਿਡਾਰੀ ਹੁੰਦੇ ਆ ਉਹ ਖੜਦੇ ਪੌਡੀਅਮ ਜਿਨ੍ਹਾਂ ਨੂੰ ਕਹਿ ਦਿੰਦੇ ਆ ਤੇ ਉੱਥੇ ਇੱਕ ਰਾਸ਼ਟਰੀ ਗੀਤ ਵੱਜਦਾ ਤੁਸੀਂ ਦੇਖਿਆ ਹੋਣਾ, ਹੌਲੇ 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 ਉਸ ਦੇਸ਼ ਦਾ ਝੰਡਾ ਜਿਸ ਪਲੇਅਰ ਦਾ ਤਗਮਾ ਹੁੰਦਾ ਉਹਦਾ ਐਂਥਮ ਤੇ ਉਹ ਝੰਡਾ ਜਿਹੜਾ ਨਾਲ ਨਾਲ ਚੱਲਦੇ ਆ। ਤੇ ਕੱਲ ਨੂੰ ਕੋਈ ਆਖੇ ਕਿ ਜਦੋਂ ਤੁਹਾਡਾ ਕੋਈ ਇੱਥੇ ਖਿਡਾਰੀ ਜਿੱਤਿਆ ਝੰਡਾ ਸਾਡੀ ਕੰਪਨੀ ਦਾ ਚਲਾ ਦਿਓ, ਐਂਥਮ ਸਾਡਾ ਵਜਾ ਦਿਓ, ਅਸੀਂ ਤੁਹਾਨੂੰ 1 ਕਰੋੜ ਰੁਪਇਆ ਦੇਵਾਂਗੇ। ਤੇ ਕੋਈ ਖਿਡਾਰੀ ਆਖੇ ਕਿ ਠੀਕ ਹੈ ਮੈਨੂੰ ਸਪੋਂਸਰ ਮਿਲਦਾ ਮੈਂ ਕੀ ਲੈਣਾ, ਤਾਂ ਕੀ ਉਹਦੇ ਨੇ ਵੀ ਰਾਜੀ ਹੋ ਜਾਣਗੇ ਕਿ ਖਿਡਾਰੀਆਂ ਦੇ ਭਲੇ ਦਾ ਕੰਮ ਹੈ। ਸੋ ਇਹ ਇਹਨਾਂ ਨੂੰ ਦੁਬਾਰਾ ਸੋਚਣਾ ਚਾਹੀਦਾ, ਵਿਚਾਰਨਾ ਚਾਹੀਦਾ। ਬਾਕੀ ਸਾਰਾ ਕੁਛ ਇਹਨਾਂ ਨੇ ਨਿੱਜੀਕਰਨ ਦੇ ਹਵਾਲੇ ਕਰ ਹੀ ਦਿੱਤਾ, ਚਾਹੇ ਬੈਂਕ ਹੋਣ, ਹੁਣ ਤੇ ਇਹਨਾਂ ਨੇ ਜਿਹੜਾ ਕੋਲ ਇੰਡੀਆ ਉਹਦੇ ਚ ਵੀ ਨਿੱਜੀ ਪਲੇਅਰ ਵਾੜ ਲਏ, ਆ ਜਿਹੜੀ ਇੰਡੀਅਨ ਏਅਰਲਾਈਨਸ ਆ ਉਹਦੇ ਵਿੱਚ ਵੀ ਇਹਨਾਂ ਨੇ ਪ੍ਰਾਈਵੇਟ ਪਲੇਅਰ ਸੱਦੇ ਹੋਏ, ਸਾਰਾ ਕੁਛ ਨਿੱਜੀਕਰਨ ਕਰ ਦਿੱਤਾ। ਘੱਟੋ ਘੱਟ ਇਤਿਹਾਸਕ ਇਮਾਰਤਾਂ ਇਹ ਤੇ ਆਪ ਸੰਭਾਲ ਲੈਣ। ਸੋ ਜ਼ਰੂਰਤ ਇਸ ਗੱਲ ਦੀ ਆ ਕਿ 1000 ਕਰੋੜ ਰੁਪਇਆ ਜਿਹੜਾ ਇਸ ਵਿਭਾਗ ਨੂੰ, ਪੂਰਾ ਤੱਤ ਵਿਭਾਗ ਜਿਹੜਾ ਆਪਾਂ ਕਹਿੰਦੇ ਹਾਂ, ਇਹਨੂੰ ਬਜਟ ਦਿੱਤਾ ਜਾਂਦਾ, ਐਲੋਕੇਟ ਕੀਤਾ ਜਾਂਦਾ, ਤਾਂ ਉਹ ਵਿਭਾਗ ਹੈ ਜਿਹੜਾ ਉਹ ਆਪਣੇ ਪੱਧਰ ਤੇ ਸੰਭਾਲ ਕਰ ਸਕਦਾ। ਜੀ 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 ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ ਵੀ ਕੁਸ਼ੀਨਗਰ ਹਾਦਸਾ, ਬੱਚਿਆਂ ਦਾ ਪੋਸਟਮਾਰਟਮ ਕਰਨ ਤੋਂ ਬਾਅਦ 'ਚ ਡਾਕਟਰਾਂ ਦੀ ਸ਼ਰਮਨਾਕ ਕਰਤੂਤ ਆਈ ਸਾਹਮਣੇ। ਦੇਖੋ ਇਹ ਤੇ ਵਾਕਈ ਬੜੀ ਬੜੀ ਸ਼ਰਮਨਾਕ ਤੇ ਬੜੀ ਦਿਲ ਨੂੰ ਮੈਂ ਕਹੂੰਗਾ ਕਿ ਕਚਿਆਨ ਲਿਆ ਕੇ ਰੱਖ ਦੇਣ ਵਾਲੀ ਘਟਨਾ ਵਾਪਰੀ ਆ। ਅਸਲ ਦੇ ਵਿੱਚ ਹੋਇਆ ਕੀ ਹੈ ਕਿ ਜਿਹੜੇ ਬੱਚੇ ਮਰੇ ਸਨ ਉਹਨਾਂ ਦੇ ਵਿੱਚੋਂ ਬਹੁਤਿਆਂ ਦਾ ਸੰਸਕਾਰ ਕੱਲ ਹੋ ਗਿਆ ਸੀਗਾ, ਪਰ ਦੋ ਇੱਕੋ ਘਰ ਦੇ ਬੱਚੇ ਮਰੇ ਸੀਗੇ ਜਿਹੜੇ ਕਿ ਮੁਸਲਮਾਨ ਫੈਮਿਲੀ ਨਾਲ ਤਾਲੁਕ ਰੱਖਦੇ ਸੀਗੇ। ਉਹਨਾਂ ਦਾ ਜਿਹੜਾ ਪਿਤਾ ਸੀਗਾ ਉਹ ਸਾਊਦੀ ਅਰਬ ਦੇ ਵਿੱਚ ਕੰਮ ਕਰਦਾ ਸੀ, ਸੋ ਲਿਹਾਜ਼ਾ ਉਹਨੇ ਥੋੜਾ ਜਿਹਾ ਲੇਟ ਪੁੱਜਣਾ ਸੀ, ਇਸ ਕਰਕੇ ਉਹਨਾਂ ਦਾ ਜਨਾਜ਼ਾ ਅੱਜ ਸੀਗਾ। ਜਦੋਂ ਰਸਮਾਂ ਹੋਣ ਲੱਗੀਆਂ, ਜਦੋਂ ਬੱਚਿਆਂ ਨੂੰ ਨਵਾਉਣ ਲੱਗੇ ਤੇ ਕਮਾਲ ਦੀ ਗੱਲ ਹੈ ਉਹਨਾਂ ਨੂੰ ਸੀਟਾਂ ਹੀ ਨੀ ਸੀਗੀਆਂ ਪੋਸਟਮਾਰਟਮ ਤੋਂ ਬਾਅਦ, ਤੇ ਜਿਹੜੇ ਉਹਨਾਂ ਦੇ ਅੰਦਰੂਨੀ ਅੰਗ ਸੀ ਉਹ ਜਦੋਂ ਅਸੀਂ ਲੇਟ ਤੇ ਉਹ ਅੰਦਰੂਨੀ ਅੰਗ ਜਿਹੜੇ ਕੁਛ ਦਿਸਣ ਲੱਗ ਪਏ, ਕੁਛ ਬਾਹਰ ਤੱਕ ਵੀ ਆ ਗਏ। ਸੋ ਇਹ ਇਸ ਤਰ੍ਹਾਂ ਦੀ ਨਾ ਅਹਿਲੀਅਤ ਸਾਹਮਣੇ ਆਈ ਆ ਤੇ ਸਿਰ ਵਾਲੇ ਪਾਸਿਓਂ ਵੀ ਉਹਨਾਂ ਨੂੰ ਸਟਿਚ ਨਹੀਂ ਕੀਤਾ ਗਿਆ ਔਰ ਪੇਟ ਵਾਲੇ ਪਾਸਿਓਂ ਵੀ ਖੁੱਲਾ ਛੱਡ ਦਿੱਤਾ ਗਿਆ। ਲੋਕਾਂ ਦੇ ਵਿੱਚ ਉੱਥੇ ਫਿਰ ਬਹੁਤ ਵੱਡੇ ਪੱਧਰ ਤੇ ਰੋਸ ਸੀਗਾ। ਬੱਚਿਆਂ ਦੀ ਜਿਹੜੀ ਮਾਂ ਸੀਗੀ ਉਹ ਵਿਲਕ ਵਿਲਕ ਕੇ ਪਹਿਲਾਂ ਹੀ ਬੁਰੇ ਹਾਲਾਂ ਚ ਹੋਈ ਪਈ ਸੀਗੀ, ਪਰ ਜਦੋਂ ਆ ਹਾਲ ਵੇਖਿਆ ਉੱਥੇ ਕਈਆਂ ਨੂੰ ਬੇਹੋਸ਼ੀ ਦੇ ਦੌਰੇ ਪਏ, ਕਿਹਾ ਕੀ ਕੀਤਾ, ਕਰਤੂਤ ਕੀ ਕੀਤੀ ਆ। ਹਾਲਾਂਕਿ ਕਾਫੀ ਵੱਡੇ ਪੱਧਰ ਤੇ ਵਿਰੋਧ ਹੁੰਦਾ ਪਿਆ, ਹੁਣ ਇਹਨਾਂ ਨੇ ਕਿਹਾ ਕਿ ਅਸੀਂ ਜਾਂਚ ਪੜਤਾਲ ਕਰਵਾਵਾਂਗੇ, ਪਰ ਇਹੋ ਜਿਹੇ ਪੱਥਰ ਬਿੱਲਾਂ ਨੂੰ ਜਾਂਚ ਪੜਤਾਲਾਂ ਨਾਲ ਛੱਡ ਦੇਣਾ ਮੇਰੇ ਖਿਆਲ ਦੇ ਨਾਲ ਠੀਕ ਚੀਜ਼ ਨਹੀਂ ਹੈ। ਇਹਨਾਂ ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ। ਕਿੱਡੀ ਵੱਡੀ ਨਲਾਇਕੀ, ਕਿੱਡੀ ਵੱਡੀ ਬੇਪਰਵਾਹੀ, ਤੁਸੀਂ ਘੱਟੋ ਘੱਟ ਇੱਥੇ ਵੇਖੋ ਕਿ ਇੱਕ ਘਰ ਪੂਰੇ ਦਾ ਪੂਰਾ ਫਨਾਹ ਹੋ ਗਿਆ ਤੇ ਤੁਸੀਂ ਉਹਦੇ ਨਾਲ ਹਮਦਰਦਾਨਾ ਰਵੱਈਆ ਰੱਖਣ ਦੀ ਥਾਂ ਤੇ ਇੱਕ ਇਹੋ ਜਿਹੀ ਕਰਤੂਤ ਕਰਨ ਡੈ ਜੀ। ਆ ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਵੀ ਤੇ ਇਹੋ ਜਿਹੀਆਂ ਗੱਲਾਂ ਸਾਹਮਣੇ ਆਈਆਂ ਸੀਗੀਆਂ। ਆ ਪਿੱਛੇ ਜੇ ਉੱਥੇ ਵੀ ਇੱਕ ਸਕੂਲੀ ਵੈਨ ਨੂੰ ਹਾਦਸਾ ਦਰਪੇਸ਼ ਆ ਗਿਆ ਤੇ ਜਦੋਂ ਬੱਚਿਆਂ ਨੂੰ ਹਸਪਤਾਲ ਚੋਂ ਖੜਨਾ ਸੀ, ਮੋਹੇ ਸੀ ਬੱਚੇ ਜਿਹੜੇ ਲਾਸ਼ਾਂ ਦੇ ਰੂਪ ਦੇ ਵਿੱਚ ਮਾਪਿਆਂ ਨੇ ਖੜਨਾ ਸੀ ਤੇ ਪਹਿਲਾਂ ਤੇ 3 ਘੰਟੇ ਉਹਨਾਂ ਨੂੰ ਵੇਟ ਕਰਵਾਇਆ ਗਿਆ, ਇੰਤਜ਼ਾਰ ਕਰਵਾਇਆ ਗਿਆ ਤੇ ਜਿਹੜੇ ਘਰਾਂ ਨੂੰ ਤੋੜ ਦਿੱਤੇ ਗਏ ਸਨ ਮਾਪੇ
ਆਪਣੇ ਬੱਚਿਆਂ ਦੀ ਲਾਸ਼ ਲੈ ਕੇ ਜਿਹੜੇ ਉੱਥੋਂ ਜਾ ਚੁੱਕੇ ਸਨ ਉਹਨਾਂ ਨੂੰ ਵੀ ਵਾਪਸ ਬੁਲਾ ਲਿਆ ਗਿਆ। ਸਿਰਫ ਇਸ ਕਰਕੇ ਕਹਿੰਦੇ ਕਿ ਮੁੱਖ ਮੰਤਰੀ ਜਾਣਗੇ ਉਹ ਲਾਸ਼ਾਂ ਨੂੰ ਆਪਣੇ ਘਰ ਕਮਲਾਂ ਨਾਲ ਰਵਾਨਾ ਕਰਨਗੇ। ਸੋ ਹਿਸਾਬ ਲਾ ਲਓ ਕਿ 7:30 ਪੋਸਟਮਾਰਟਮ ਦੀ ਕਾਰਵਾਈ ਹਿਮਾਚਲ ਚ ਪੂਰੀ ਹੋ ਜਾਂਦੀ ਆ, ਜਦਕਿ ਲਾਸ਼ਾਂ 10:15 ਤੇ ਤੋਰੀਆਂ ਜਾਂਦੀਆਂ। ਮੁੱਖ ਮੰਤਰੀ ਆਉਂਦਾ ਤੇ ਆ ਕੇ ਫੋਟੋ ਖਿਚਾ ਕੇ ਕਹਿ ਦਿੰਦਾ ਕਿ ਲਾਸ਼ਾਂ ਲੈ ਜੀ। ਸੋ ਲਾਸ਼ਾਂ ਤੇ ਵੀ ਸਭ ਕੁਛ ਕੀਤੀ ਜਾਂਦੇ ਆ, ਜ਼ਿੰਦਗੀਆਂ ਤੇ ਇਹਨਾਂ ਲਈ ਹਾਏ ਹੀ ਗਾਜਰ ਮੂਲੀਆਂ, ਪਰ ਲਾਸ਼ਾਂ ਨਾਲ ਵੀ ਇਹੋ ਜਿਹਾ ਵਰਤੀਰਾ ਮੇਰੇ ਖਿਆਲ ਦੇ ਨਾਲ ਤੇ ਅੱਤ ਦਰਜੇ ਦੀ ਘਟੀਆ ਕਾਰਜ ਪ੍ਰਣਾਲੀ ਆ ਜਿਹੜੀ ਸਾਡੀ ਇੱਥੇ ਵਿਖਾਈ ਜਾ ਰਹੀ ਆ। ਸੋ ਜ਼ਰੂਰ ਇਸ ਗੱਲ ਦੀ ਆ ਕਿ ਕੇਂਦਰ ਜੇ ਕੋਈ ਮਾੜਾ ਮੋਟਾ ਸੀਨੇ ਚ ਧੜਕਦਾ ਦਿਲ ਰੱਖਦੀ ਆ ਤਾਂ ਉਹ ਇਹੋ ਜਿਹੇ ਡਾਕਟਰਾਂ ਤੇ ਸਖ਼ਤ ਸ਼ਿਕੰਜਾ ਕਸੇ। ਜੀ ਜੀ ਜੀ, ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਬਾਦਵੀ ਦੇ ਵਿੱਚੋਂ ਗੁਰੂ ਸਾਹਿਬਾਨਾਂ ਦੇ ਇਤਿਹਾਸ ਨੂੰ ਮਨਫੀ ਕਰਨ ਵਿਰੁੱਧ ਹੁਣ ਅਕਾਲੀ ਦਲ ਨੇ ਚੁੱਕਿਆ ਝੰਡਾ। ਦੇਖੋ ਉਹਨਾਂ ਨੇ ਝੰਡਾ ਚੁੱਕਿਆ, ਝੰਡਾ ਚੁੱਕ ਕੇ ਉਹਨਾਂ ਨੇ ਨਾਲ ਪੈਨ ਵੀ ਚੁੱਕ ਲਿਆ ਤੇ ਕੱਟ ਵੀ ਲਿਖ ਦਿੱਤਾ। ਵੈਸੇ GST ਤੇ ਉਹਨਾਂ ਨੇ ਹਟਾ ਦਿੱਤੀ ਹੈ ਲੰਗਰਾਂ ਤੋਂ ਝੰਡਾ ਚੁੱਕ ਕੇ। ਉਹ ਤਾਂ ਕੇਂਦਰ ਵਾਲੇ ਕਹਿੰਦੇ ਕਿ ਅਸੀਂ ਨੀ GST ਹਟਾਉਣੀ, ਜਾਓ ਜਿਹੜਾ ਕੁਛ ਕਰਨਾ ਕਰ ਲਓ। ਇਹ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਦੇ ਸੀਗੇ, ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਹਿੱਸਾ ਛੱਡ ਕੇ ਉਹ ਪਰੇ ਮਾਰਿਆ ਤੇ ਇਹ ਹੁਣ ਯਮਕਦੇ ਫਿਰਦੇ ਆ ਉੱਥੋਂ ਤੇ ਇਹਨਾਂ ਨੂੰ ਟਕੇ ਵਰਗਾ ਜਵਾਬ ਹੋ ਗਿਆ। ਉਹ ਕਹਿੰਦੇ ਕਿ ਅਸੀਂ ਨੀ ਹਟਾਉਣੀ ਕਾਰਮਿਕਸਥਾਨਾਂ ਤੋਂ GST, ਜਿਹਨੇ ਜਿਹੜਾ ਕੁਛ ਕਰਨਾ ਕਰ ਲਵੇ ਜੀ। ਸੋ ਹੁਣ ਇਹਨਾਂ ਨੇ ਝੰਡਾ ਇੱਧਰ ਚੁੱਕ ਲਿਆ, ਦੇਖੋ ਹੁਣ ਇਸ ਝੰਡੇ ਨੂੰ ਕਿੱਥੋਂ ਤੱਕ ਲੈ ਕੇ ਜਾਂਦੇ ਆ। ਪਰ ਦੇਖੋ ਜਿਹੜਾ ਵਿਰੋਧ ਹੋਇਆ, ਵਿਰੋਧ ਬੜਾ ਵੱਡੇ ਪੱਧਰ ਤੇ ਇੱਥੇ ਵਾਪਰਿਆ, ਕਿਉਂਕਿ ਜੋ ਇਹਨਾਂ ਨੇ ਇੱਥੇ ਗੁੱਲ ਖਿਲਾਇਆ ਉਹ ਮੈਂ ਕਹਿੰਦਾ ਕਿ ਹੈਰਾਨ ਕਰਦਾ। ਦੇਖੋ ਹੋਇਆ ਕੀ ਆ ਕਿ ਜਿਹੜਾ ਸਿਲੇਬਸ ਸੀ ਉਹਦੇ ਚ ਸਿੱਖ ਹਿਸਟਰੀ ਜਾਂ ਗੁਰੂ ਕਾਲ ਜਾਂ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਸੀ ਉਹ ਸਭ ਕੁਛ ਮਨਫੀ ਕਰ ਦਿੱਤਾ ਗਿਆ ਤੇ ਪੰਜਾਬ ਦੇ ਵਿੱਚੋਂ ਜੇ ਇਹ ਚੀਜ਼ਾਂ ਸਿੱਖ ਹਿਸਟਰੀ ਤੇ ਗੁਰੂ ਕਾਲ ਆਪਾਂ ਮਨਫੀ ਕਰ ਦਈਏ ਤੇ ਪਿੱਛੇ ਕੀ ਬਚਦਾ? ਸਿਹਤ ਕਮੇਟੀ ਤੱਕ ਵੀ ਨੀ ਬਚਦਾ। ਸੋ ਇਹ ਇੱਕ ਬੜੀ ਕੋਝੀ ਚਾਲ ਲੱਗਦੀ ਆ, ਔਰ ਕੋਝੀ ਚਾਲ ਇਸ ਕਰਕੇ ਲੱਗਦੀ ਕਿਉਂਕਿ ਰਾਜਸਥਾਨ ਚ ਪਹਿਲਾਂ ਆਪਾਂ ਦੇਖਿਆ ਕਿ ਕਿਸ ਤਰੀਕੇ ਨਾਲ ਹਲਦੀ ਘਾਟੀ ਦੇ ਯੁੱਧ ਦਾ ਨਤੀਜਾ ਬਦਲਿਆ ਗਿਆ ਸਕੂਲੀ ਸਿਲੇਬਸ ਚ, ਬਹੁਤ ਵੱਡੇ ਪੱਧਰ ਤੇ ਉੱਥੇ ਖੇਡ ਖੇਡੀ ਗਈ, ਇੱਥੋਂ ਤੱਕ ਕਿ ਮੰਤਰੀਆਂ ਦੇ ਪੈਨਲ ਤੱਕ ਬਣਾਏ ਗਏ ਇਤਿਹਾਸ ਨੂੰ ਬਦਲਣ ਲਈ। ਉਸ ਤੋਂ ਬਾਅਦ ਇਤਿਹਾਸ ਦਾ ਕਤਲੇਆਮ ਕਰਦੇ ਕਰਦੇ ਮਹਾਰਾਸ਼ਟਰ ਤੱਕ ਪੁੱਜ ਗਏ, ਉੱਥੇ ਸਾਰੀ ਮੁਗਲ ਹਿਸਟਰੀ ਇਹਨਾਂ ਨੇ ਮਨਫੀ ਕਰ ਦਿੱਤੀ ਸੀ ਇਸੇ ਤਰ੍ਹਾਂ। ਕਿਉਂਕਿ ਦੇਖੋ ਮੁਗਲ ਬੇਸ਼ੱਕ ਹਮਲਾਵਰ ਸੀਗੇ ਜਾਂ ਸ਼ਾਸਕ ਸੀ ਇੱਥੋਂ ਦੇ, ਤਾਨਾ ਸ਼ਾਹ ਜੋ ਮਰਜ਼ੀ ਕਹਿ ਲਓ, ਜਬਰ ਜ਼ੁਲਮ ਵੀ ਕਰਦੇ ਸੀ ਉਸ ਸਮੇਂ, ਰਾਜਬੜਸ਼ਾਹੀਆਂ ਚ ਸਭ ਕੁਛ ਵਾਪਰਦਾ ਸੀਗਾ, ਪਰ ਉਹਨਾਂ ਨੇ ਬਹੁਤ ਕੁਛ ਇੱਥੇ ਭਾਰਤ ਦੇ ਵਿੱਚ ਬਣਾਇਆ ਵੀ, ਜਿੱਦਾਂ ਆਪਾਂ ਕਹਿ ਸਕਦੇ ਹਾਂ ਕਿ ਭਵਨ ਨਿਰਮਾਣ ਜਿਹੜਾ ਬਹੁਤ ਵੱਡੇ ਪੱਧਰ ਤੇ ਕਰਵਾਇਆ। ਹੋਰ ਕਈ ਇਤਿਹਾਸਿਕ ਪਹਿਲੂ ਆ ਜਿਹੜੇ ਮੁਗਲ ਹਿਸਟਰੀ ਨਾਲ ਜੁੜੇ ਆ। ਇਹਨਾਂ ਨੇ ਕੀ ਕੀਤਾ ਕਿ ਸਾਰੀ ਹਿਸਟਰੀ ਕੱਢ ਕੇ ਪਰੇ ਮਾਰੀ, ਕਹਿੰਦੇ ਕਿ ਸਾਨੂੰ ਚਾਹੀਦੀ ਨੀ। ਫਿਰ ਯੂਪੀ ਦੇ ਵਿੱਚ ਵੀ ਇਹੋ ਗੇਮ ਖੇਡੀ ਗਈ, ਹਾਲਾਂਕਿ ਯੂਪੀ ਦੇ ਵਿੱਚ ਬਹੁਤੇ ਵੱਡੇ ਪੱਧਰ ਤੇ ਗੇਮ ਨਹੀਂ ਖੇਡੀ ਗਈ, ਪਰ ਫਿਰ ਵੀ ਇਤਿਹਾਸ ਨਾਲ ਛੇੜਾ ਛੇੜੀ ਹੋਈ ਆ। ਪਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਵਾਪਰ ਜਾਣਾ, ਔਰ ਇੱਥੇ ਪੰਜੇ ਵਾਲਿਆਂ ਦੀ ਸਰਕਾਰ, ਕਮਾਲ ਦੀ ਗੱਲ ਹੈ, ਕੁਛ ਨਾ ਕੁਛ ਗੜਬੜ ਤੇ ਹੈ। ਕਿਉਂਕਿ ਜੇ ਅੱਜ ਤੁਸੀਂ ਭਾਸਕਰ ਦੀ ਰਿਪੋਰਟ ਦੇਖੋਗੇ, ਪਰਮਿੰਦਰ ਸਿੰਘ ਬਰਿਆਣਾ ਹੁਸ਼ਿਆਰਪੁਰ ਤੋਂ ਬਹੁਤ ਚੋਟੀ ਦੇ ਪੱਤਰਕਾਰ ਆ, ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਜ਼ਿਕਰ ਵੀ ਕੀਤਾ ਕਿ ਅਸਲ ਦੇ ਵਿੱਚ ਜਿਹੜੀ ਇਹ ਖੇਡ ਖੇਡੀ ਗਈ ਆ, ਇਸ ਪੈਨਲ ਦੇ ਵਿੱਚ ਇੱਕ ਸੰਘੀ ਬੈਠਾ ਸੀਗਾ, ਉਹ ਸੰਘ ਪੱਖੀ ਬੰਦੇ ਨੇ ਸਾਰਿਆਂ ਨੂੰ ਨੁਕਰੇ ਲਾ ਕੇ ਆਪਣੀ ਵਾਹ ਚਲਾ ਲਈ ਆ। ਔਰ ਇਹ ਵੀ ਤਾਂ ਵੇਖੋ ਨਾ ਹੋਇਆ ਕੀ ਆ, ਵਾਪਰਿਆ ਕੀ ਆ। ਮੈਂ ਉਸ ਸਿਲੇਬਸ ਦੀਆਂ ਉਹ ਦੇਖਦਾ ਪਿਆ ਸੀਗਾ ਕਾਪੀਆਂ, ਜਿਹੜਾ ਪੁਰਾਣਾ ਸਿਲੇਬਸ ਆ ਉਹਦੇ ਵਿੱਚ ਜੇ ਝਾਤ ਮਾਰੀਏ ਤਾਂ ਬਹੁਤ ਚੀਜ਼ਾਂ ਨੇ ਜਿਹੜੀਆਂ ਪੰਜਾਬੀ ਇਤਿਹਾਸ ਨਾਲ ਜਾਂ ਸਿੱਖ ਇਤਿਹਾਸ ਨਾਲ ਜੁੜੀਆਂ, ਜਿੱਦਾਂ ਪੰਜਾਬ ਦੇ ਇਤਿਹਾਸਿਕ ਸੋਮੇ, 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਰਾਜਨੀਤੀ, ਸਮਾਜਿਕ ਤੇ ਆਰਥਿਕ ਦਸ਼ਾ, ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਉਹਨਾਂ ਦੀਆਂ ਸਿੱਖਿਆਵਾਂ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ ਜੀ ਦੇ ਸਮੇਂ ਦੌਰਾਨ ਸਿੱਖ ਧਰਮ ਦਾ ਵਿਕਾਸ, ਗੁਰੂ ਅਰਜਨ ਦੇਵ ਜੀ ਅਤੇ ਉਹਨਾਂ ਦੀ ਸ਼ਹੀਦੀ, ਗੁਰੂ ਹਰਗੋਬਿੰਦ ਸਾਹਿਬ ਅਤੇ ਸਿੱਖ ਪੰਥ ਦਾ ਰੂਪਾਂਤਰਨ, ਗੁਰੂ ਹਰ ਰਾਏ ਜੀ ਦੀ, ਗੁਰੂ ਹਰਕ੍ਰਿਸ਼ਨ ਜੀ ਦੀ ਗੱਲ ਆ, ਗੁਰੂ ਤੇਗ ਬਹਾਦਰ ਜੀ ਦੀ ਉਹਨਾਂ ਦੀ ਸ਼ਹਾਦਤ ਦੀ ਗੱਲ ਆ, ਗੁਰੂ ਗੋਬਿੰਦ ਸਿੰਘ ਜੀ ਦਾ ਚੈਪਟਰ ਆ, ਬੰਦਾ ਸਿੰਘ ਬਹਾਦਰ ਦਾ ਚੈਪਟਰ ਆ, ਅਬਦੁਲ ਸਮਦ ਖਾਨ, ਜ਼ਕਰੀਆ ਖਾਨ, ਮੀਰ ਮੰਨੂ, ਉਹਨਾਂ ਦੇ ਸਿੱਖਾਂ ਨਾਲ ਸੰਬੰਧ, ਦਲ ਖਾਲਸਾ ਦਾ ਉਥਾਨ, ਉਸਦੀ ਲੜਾਈ ਕਰਨ ਦੇ ਤਰੀਕੇ, ਮੁਗਲਾਂ ਅਧੀਨ ਪੰਜਾਬ ਦੀ ਸਮਾਜਿਕ ਅਤੇ ਆਰਥਿਕ ਹਾਲਾਤ, ਇਸ ਤਰ੍ਹਾਂ ਦੀਆਂ ਚੀਜ਼ਾਂ ਸਨ
ਦੂਸਰੇ ਪਾਠ ਦੇ ਵਿੱਚ ਜੇ ਦੇਖੋਗੇ ਸਿੱਖ ਮਿਸਲਾਂ ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਅਤੇ ਜਿੱਤਾਂ, ਅੰਗਰੇਜ਼ ਸਿੱਖ ਸੰਬੰਧ, ਰਣਜੀਤ ਸਿੰਘ ਦੇ ਅਫਗਾਨਿਸਤਾਨ ਨਾਲ ਸੰਬੰਧ, ਫਿਰ ਮਹਾਰਾਜਾ ਰਣਜੀਤ ਸਿੰਘ ਦਾ ਸ਼ਾਸਨ ਪ੍ਰਬੰਧ, ਮਹਾਰਾਜਾ ਰਣਜੀਤ ਸਿੰਘ ਦਾ ਆਚਰਣ ਤੇ ਸ਼ਖਸੀਅਤ, ਪਹਿਲਾ ਐਗਲੋ ਸਿੱਖ ਯੁੱਧ, ਦੂਸਰਾ ਐਂਗਲੋ ਸਿੱਖ ਯੁੱਧ, ਇਹ ਸਾਰੀਆਂ ਚੀਜ਼ਾਂ ਹੁੰਦੀਆਂ ਸਰ। ਪਰ ਐਤਕੀ ਜਿਹੜਾ ਨਵਾਂ ਸਿਲੇਬਸ ਆਇਆ ਉਹਦੇ ਚ ਥੋੜੀ ਜਿਹੀ ਮੈਂ ਤੁਹਾਡੀ ਝਾਤ ਪਾਉਣੀ ਚਾਹੁੰਗਾ ਕੀ ਹੈ ਕਿ ਸ਼ਹਿਰ ਵਪਾਰ ਤੇ ਸ਼ਿਲਪ ਆ ਪਹਿਲਾ ਸਬਜੈਕਟ ਹੈ, ਸ਼ਹਿਰ ਵਪਾਰ ਅਤੇ ਸ਼ਿਲਪ ਇਹਨੂੰ ਅਧਿਆਇ ਕਹਿ ਸਕਦੇ ਹਾਂ, ਦੂਸਰਾ ਹੈ ਸਰਦਾਰ ਸਮਰਾਟ ਅਤੇ ਵਪਾਰੀ, ਤੀਸਰਾ ਪੁਜਾਰੀ ਭਿਕਸ਼ੂ ਤੇ ਦਾਨੀ, ਪੁਜਾਰੀ ਭਿਕਸ਼ੂ ਤੇ ਦਾਨੀ, ਚੌਥਾ ਮੱਧਕਾਲੀਨ ਭਾਰਤ ਵਿੱਚ ਰਾਜਨੀਤਿਕ ਵਿਕਾਸ, ਪੰਜਵਾਂ ਸੁਲਤਾਨ ਅਤੇ ਪਾਤਸ਼ਾਹ, ਛੇਵਾਂ ਭਗਤੀ ਦੇ ਨਵੇਂ ਰੂਪ, ਪਾਰਟ ਟੂ ਦੇ ਵਿੱਚ ਭਾਰਤ ਦਾ ਇਤਿਹਾਸ ਆਧੁਨਿਕ ਕਾਲ ਜਿਹਨੂੰ ਕਹਿ ਦਿੰਦੇ ਆ, 1857 ਈਸਵੀ ਦਾ ਵਿਦਰੋਹ, ਭਾਰਤ ਵਿੱਚ ਰਾਸ਼ਟਰਵਾਦ ਦਾ ਉਭਾਰ, ਦੇਖੋ ਭਾਰਤ ਵਿੱਚ ਰਾਸ਼ਟਰਵਾਦ ਦਾ ਉਭਾਰ, ਸੁਤੰਤਰਤਾ ਵੱਲ ਭਾਰਤ, ਸਿੱਖ ਰਾਜ ਵੱਲ ਬ੍ਰਿਟਿਸ਼ ਰਾਜ ਅਧੀਨ ਪੰਜਾਬ, ਗੁਰੂ ਕਾਲ, ਗੁਰੂ ਸਾਹਿਬਾਨ ਦੇ ਕੰਮ, ਮਹਾਰਾਜਾ ਰਣਜੀਤ ਸਿੰਘ, ਸਿੱਖਾਂ ਦੀਆਂ ਮਹਾਨ ਜਿੱਤਾਂ, ਮਹਾਨ ਜੰਗਾਂ, ਕੱਖ ਨਹੀਂ ਹੈ ਵਿੱਚ। ਤੇ ਦੂਸਰੇ ਪਾਸੇ ਆਸਾ ਕੀ ਸਰਵਰ ਆ, ਲੱਖਾਂ ਦਾ ਦਾਤਾ, ਪਤਾ ਨੀ ਕਿਹਾ ਕਿਹਾ ਕਿਹੜਾ ਕਿਹੜਾ ਪੀਰ ਬਿਠਾਈ ਬੈਠੇ ਹਿਸਟਰੀ ਚ। ਸੋ ਇਹ ਸਾਰਾ ਕੁਛ ਜਿਹੜਾ ਕੀਤਾ ਗਿਆ ਇਹਦੇ ਵਿੱਚ, ਹੁਣ ਜੇ ਕਾਂਗਰਸ ਆਖੇ ਕਿ ਸਾਨੂੰ ਪਤਾ ਹੀ ਨੀ ਲੱਗਿਆ ਸਭ ਕੁਛ ਕਿੱਦਾਂ ਹੋ ਗਿਆ, ਤੇ ਮੇਰੇ ਖਿਆਲ ਦੇ ਨਾਲ ਬਹੁਤ ਇਹ ਫਿਰ ਉਸ ਸਮੇਂ ਚਲਾਕੀ ਕਰਦੇ ਹੋਣਗੇ। ਅਸਲ ਦੇ ਵਿੱਚ ਸਾਰੀ ਜਿਹੜੀ ਗੇਮ ਖੇਡੀ ਗਈ ਹੈ, ਖੇਡੀ ਤੇ ਰਲ ਮਿਲ ਕੇ ਗਈ ਆ, ਹੁਣ ਕਿੰਨੇ ਕਿੰਨੇ ਖੇਡੀ ਹੈ ਸਾਫ਼ ਹੋਣਾ ਚਾਹੀਦਾ। ਅਕਾਲੀ ਦਲ ਨੇ ਵਿਰੋਧ ਕੀਤਾ, ਠੀਕ ਕੀਤਾ, ਹੋਰ ਵੀ ਬਹੁਤ ਸਾਰੇ ਲੋਕ ਵਿਰੋਧ ਕਰਦੇ ਪਏ, ਆਮ ਆਦਮੀ ਪਾਰਟੀ ਵਿੱਚੋਂ ਹਾਲੇ ਕੋਈ ਖੁੱਲੀ ਪ੍ਰਤੀਕਿਰਿਆ ਨਹੀਂ ਆਈ, ਪਰ ਮੇਰੇ ਖਿਆਲ ਦੇ ਨਾਲ ਇਹ ਜਿਹੜੀ ਗੱਲ ਆ ਇਹ ਸਾਡੀ ਜੜ ਨਾਲ ਜੁੜੀ ਆ। ਪੰਜਾਬ ਦੇ ਵਿੱਚ ਜੇ ਤੁਸੀਂ ਰਹਿੰਦੇ ਹੋ, ਗੁਰੂਆਂ ਦੀ ਹਿਸਟਰੀ, ਸਿੱਖਾਂ ਦੀ ਹਿਸਟਰੀ, ਜੇ ਇਹ ਸਭ ਕੁਛ ਕੱਢ ਦਿਓਗੇ ਤੇ ਬੱਚਿਆਂ ਦੇ ਨਾਇਕ ਫਿਰ ਕਿਹੜੇ ਬਣਾ ਕੇ ਉੱਤੇ ਪੇਸ਼ ਕੀਤੇ ਜਾਣਗੇ, ਉਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਮਕਾਰੀ ਦੇ ਰੰਦੇ ਨਾਲ ਤਰਾਸ਼ੇ ਲੋਕ ਨਾਇਕ ਉੱਥੇ ਤੁਹਾਨੂੰ ਮਿਲਣਗੇ ਸਕੂਲੀ ਸਿਲੇਬਸ ਚ, ਜੇ ਇਸ ਤਰ੍ਹਾਂ ਸਭ ਕੁਛ ਵਾਪਰਿਆ। ਸੋ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਹ ਕੋਝੀ ਚਾਲ, ਮੈਂ ਇਸ ਕਰਕੇ ਕਹਿਣ ਦਿਆਂ ਕਿ ਇਹ ਸਾਰੀ ਕੌਮ ਤੇ ਇੱਕ ਹਮਲਾ ਮੰਨਿਆ ਜਾ ਸਕਦਾ, ਕਿਉਂਕਿ ਜਦੋਂ ਤੁਹਾਡੀ ਜੜ ਖੋਤਣੀ ਹੁੰਦੀ ਹੈ ਨਾ, ਉਦੋਂ ਤੁਹਾਡੇ ਤੇ ਸੱਭਿਆਚਾਰਕ ਹਮਲੇ ਕੀਤੇ ਜਾਂਦੇ ਆ, ਤੁਹਾਡੇ ਇਤਿਹਾਸ ਤੇ ਹਮਲੇ ਕੀਤੇ ਜਾਂਦੇ ਆ। ਸੋ ਇਹ ਇਤਿਹਾਸ ਤੇ ਹਮਲਾ, ਇਸ ਹਮਲੇ ਨੂੰ ਡੱਕਣ ਲਈ ਸਾਰਿਆਂ ਨੂੰ ਢਾਲ ਬਣ ਕੇ ਕੰਮ ਕਰਨਾ ਚਾਹੀਦਾ, ਚਾਹੇ ਉਹ ਕਿਸੇ ਵੀ ਪਾਰਟੀ ਦਾ ਸਮਰਥਕ ਹੋਵੇ। ਬਿਲਕੁਲ, ਇਹ ਚੀਜ਼ ਜਿਹੜੀ ਵਾਪਰੀ ਆ ਬਹੁਤ ਗਲਤ ਵਾਪਰੀ ਆ, ਅੱਗੇ ਤੋਂ ਇਹ ਚੀਜ਼ ਨਾ ਵਾਪਰੇ, ਲੋਕਾਂ ਨੂੰ ਇਕਮੁੱਠ ਹੋ ਕੇ ਵਿਰੋਧ ਜਤਾਉਣਾ ਚਾਹੀਦਾ। ਅਕਾਲੀ ਦਲ ਵਾਲਿਆਂ ਨੇ ਵਿਰੋਧ ਕੀਤਾ, ਚੰਗਾ ਕੀਤਾ, ਆਮ ਆਦਮੀ ਪਾਰਟੀ ਵੀ ਆਵੇ ਤੇ ਦੂਜੇ ਵੀ ਜਿਹੜੇ ਸੱਜੇ ਖੱਬੇ ਫਿਰਦੇ ਆ ਉਹ ਵੀ ਸਾਰੇ ਜੁੜ ਕੇ ਵਿਰੋਧ ਕਰਨ ਤਾਂ ਗੱਲ ਬਣੂਗੀ। ਬਿਲਕੁਲ ਬਿਲਕੁਲ ਬਿਲਕੁਲ, ਅੱਜ ਇਹਨਾਂ ਦੀ ਕਰ ਰਹੇ ਆ ਤੇ ਬਾਅਦ ਚ ਰਹਿਣ ਹੀ ਕੁਛ ਨੀ ਦੇਣਾ ਇਹਨਾਂ ਨੇ, ਮਾਇਨੋਰਟੀਆਂ ਦਾ ਸਾਰਾ ਇਤਿਹਾਸ ਮਰਜ਼ੀਆਂ ਹੀ ਕਰੀ ਜਾਣੀਆਂ। ਅਗਲੀ ਆਪਾਂ ਗੱਲ ਕਰਦੇ ਹਾਂ ਮਿੰਟੂ ਜੀ, ਵੀ ਹਾਈਕੋਰਟ ਵੱਲੋਂ ਸਕੂਲੀ ਬੱਸਾਂ 'ਚ ਪੈਰੀਮੀਟਰ ਲਾਗੂ ਕਰਨ ਦੀ ਸਖ਼ਤ ਹਦਾਇਤ। ਦੇਖੋ ਇਹ ਜਿਹੜੇ ਪੈਰਾਮੀਟਰ ਲਾਗੂ ਕਰਨੇ ਆ, ਇਹਨਾਂ ਨੇ ਪਹਿਲਾਂ ਵੀ ਹੁਕਮ ਦਿੱਤਾ ਹੋਇਆ ਹਾਈਕੋਰਟ ਨੇ, ਹਾਈਕੋਰਟ ਇਸ ਮਾਮਲੇ ਦੇ ਵਿੱਚ ਬਹੁਤ ਸਖ਼ਤ ਆ, 2-3 ਸਾਲ ਪਹਿਲਾਂ ਵੀ ਉਹਨਾਂ ਨੇ ਡਾਇਰੈਕਸ਼ਨਸ ਦਿੱਤੀਆਂ ਸਨ, ਸੁਪਰੀਮ ਕੋਰਟ ਨੇ ਡਾਇਰੈਕਸ਼ਨਸ ਦਿੱਤੀਆਂ ਨੇ ਕਿੰਨਾ ਕੁ ਹੁੰਦਾ, ਉਦੋਂ ਨਿਰਾਸ਼ਾ ਸਾਡੇ ਹੱਥ ਲੱਗਦੀ ਆ। ਤੁਸੀਂ ਕਿਸੇ ਚੌਂਕ ਚ ਖੜ ਕੇ ਇੱਥੋਂ ਦੀਆਂ ਸਕੂਲੀ ਵਹਿਣਾ ਵੇਖ ਲਿਓ, ਉਹਨਾਂ ਦਾ ਹਾਲ ਆਪਣੇ ਆਪ ਹੀ ਦਿੱਤਾ। ਕਈ ਤੇ ਬਾਬਾ ਆਦਮ ਵੇਲੇ ਦੀਆਂ ਸਕੂਲੀ ਬੱਚੇ ਢੁੰਦੀਆਂ, ਸਕੂਲੀ ਵਹਿਣਾ ਐ ਜਿੱਦਾਂ ਤੂੜੀ ਵਾਲੇ ਗੱਡੇ ਭਰੇ ਹੁੰਦੇ ਸੀ ਪੁਰਾਣੇ ਜ਼ਮਾਨੇ ਚ, ਐ ਨਪੀੜ ਕੇ ਇਸ ਤਰ੍ਹਾਂ ਭੀੜਾਂ ਹੁੰਦੀਆਂ ਬੱਚਿਆਂ ਦੀਆਂ। ਫਸਟ ਐਡ ਹੋਣੀ ਚਾਹੀਦੀ ਹੈ, ਫਸਟ ਐਡ ਦੇ ਨਾਂ ਤੇ ਇੱਕ ਟੁੱਟਾ ਜਿਹਾ ਬਕਸਾ ਹੁੰਦਾ, ਵਿੱਚ 2 ਕੈਪਸੂਲ ਰੱਖੇ ਹੁੰਦੇ, ਪਤਾ ਨੀ ਕਦੋਂ ਦੀ ਮਿਆਦ ਲੰਘੀ ਹੁੰਦੀ ਹੈ, 2 ਪੱਟੀਆਂ ਹੁੰਦੀਆਂ ਜਿਹਨਾਂ ਦੇ ਵਿੱਚ ਟਿੱਡੀਆਂ ਵੜ ਕੇ ਬੈਠੀਆਂ ਹੁੰਦੀਆਂ, ਉਹਨੂੰ ਉੱਤੇ ਲਿਖ ਕੇ ਲਿਪ ਪੁੱਛ ਕੇ ਲਿਖ ਦਿੰਦੇ ਆ ਫਸਟ ਐਡ। ਬਹੁਤ ਕੁਛ ਇਹਨਾਂ ਨੇ ਕਿਹਾ ਸੀਗਾ ਕਿ ਜਿੱਦਾਂ ਜਿਹੜੇ ਗਲਾਸ ਹੁੰਦੇ ਆ, ਸ਼ੀਸ਼ੇ ਹੁੰਦੇ ਆ, ਉਹਨਾਂ ਦੇ ਮੂਹਰੇ ਐਂਗਲ ਲੱਗੀ ਹੋਣੀ ਚਾਹੀਦੀ ਆ, ਕਲੀਨਰ ਹੋਣਾ ਚਾਹੀਦਾ, ਇੱਕ ਸਕੂਲ ਦਾ ਕੋਈ ਅਧਿਆਪਕ ਜਾਂ ਕੋਈ ਇਸ ਤਰ੍ਹਾਂ ਦਾ ਹੈਲਪਰ ਹੋਣਾ ਚਾਹੀਦਾ ਨਾਲ, ਬਹੁਤ ਕੁਛ ਉਹਨਾਂ ਨੇ ਡਾਇਰੈਕਸ਼ਨਸ ਦੇ ਰੂਪ ਚ ਦਿੱਤਾ ਸੀਗਾ, ਪਰ ਨਹੀਂ ਬਣੀ ਗੱਲ। ਹੁਣ ਹਾਈਕੋਰਟ ਨੇ ਕੀ ਕੀਤਾ, ਅੱਜ ਦਿਸ਼ਾ ਨਿਰਦੇਸ਼ ਦਿੱਤੇ ਆ, ਇੱਕ ਇਹਨਾਂ ਨੇ ਸਾਂਝਾ ਅਭਿਆਨ ਸ਼ੁਰੂ ਕੀਤਾ ਜਿਹਦੇ ਵਿੱਚ ਟ੍ਰੈਫਿਕ ਪੁਲਿਸ ਆ, ਬਾਲ ਸੁਰੱਖਿਆ ਵਿਭਾਗ ਆ, ਸਿੱਖਿਆ ਵਿਭਾਗ ਆ, ਟਰਾਂਸਪੋਰਟ ਮਹਿਕਮਾ, ਫਿਰ ਜ਼ਿਲ੍ਹਾ ਪੱਧਰ ਤੇ ਟਾਸਕ ਫੋਰਸਾਂ ਤਿਆਰ ਕੀਤੀਆਂ ਗਈਆਂ ਕਿ ਤੁਸੀਂ ਜਾ ਕੇ ਚੈਕਿੰਗ ਕਰੋ ਤੇ ਕੀ ਇਹ ਜਿਹੜੇ ਪੈਰਾਮੀਟਰ ਤੈਅ ਕੀਤੇ ਗਏ ਆ ਉਹਨਾਂ ਦੀ ਪਾਲਣਾ ਹੁੰਦੀ ਹੈ, ਤੇ ਦੱਸਦੇ ਆ ਜਿਹੜੇ ਜਿਹੜੇ ਸ਼ਹਿਰ ਦੇ ਵਿੱਚ ਇਹਨਾਂ ਟਾਸਕ ਫੋਰਸਾਂ ਨੇ ਜਾਂ ਇਹਨਾਂ ਟੋਲਿਆਂ ਨੇ ਜਾ ਕੇ ਚੈਕਿੰਗ ਕੀਤੀ, ਉੱਥੇ ਕੱਖ ਵੀ ਨਹੀਂ ਮਿਲਿਆ। ਹਰੇਕ ਥਾਂ ਤੇ ਇਹ ਪੈਰਾਮੀਟਰ ਜਿਹੜੇ ਸੀਗੇ ਉਹ ਫੋਲੋ ਨਹੀਂ ਸਨ ਕੀਤੇ ਜਾ ਰਹੇ।
ਇਹਦਾ ਮਤਲਬ ਹੈ ਕਿ ਜਿਹੜੀਆਂ ਡਾਇਰੈਕਸ਼ਨਸ ਸੁਪਰੀਮ ਕੋਰਟ ਬਣੀ ਹੋਏ ਸਨ ਜਾਂ ਹਾਈ ਕੋਰਟ ਬਣੀ ਹੋਏ ਸਨ, ਉਹਨਾਂ ਦੀ ਪਾਲਣਾ ਹਾਲੇ ਤੱਕ ਨਹੀਂ ਹੋ ਰਹੀ, ਜਦਕਿ ਹਾਦਸੇ ਸਾਡੇ ਇੱਥੇ ਲਗਾਤਾਰ ਵਾਪਰਦੇ ਪਏ ਆ। ਇਹਦਾ ਕਾਰਨ ਇਹੋ ਹੀ ਆ ਕਿ ਪ੍ਰੋਪਰ ਇਹਨਾਂ ਦੀ ਕੋਈ ਚੈਕਿੰਗ ਨਹੀਂ ਹੁੰਦੀ। ਸਕੂਲ ਵਾਲੇ ਆ ਜਿਹੜੇ, ਉਹਨਾਂ ਨੂੰ ਸਿਰਫ ਸਟਰੈਂਥ ਤੱਕ ਮਤਲਬ ਆ, ਬੱਚੇ ਕਿਵੇਂ ਆਉਂਦੇ ਆ, ਬੱਚੇ ਕਿਵੇਂ ਘਰ ਪੁੱਜਦੇ, ਕੋਈ ਲੱਲਾ ਖੱਖਾ ਨਹੀਂ ਹੈ। ਤੇ ਜਿਹੜੇ ਰਾਹ ਚ ਖੜੇ ਹੁੰਦੇ ਆ ਟ੍ਰੈਫਿਕ ਪੁਲਿਸ ਵਾਲੇ, ਉਹਨਾਂ ਨੂੰ ਵੀ ਕੋਈ ਲੱਲਾ ਖੱਖਾ ਨਹੀਂ ਹੈ, ਬਸ ਉਹਨਾਂ ਦੀ ਜਿਹੜੀ ਖੁਜਲੀ ਜੀ ਹੁੰਦੀ ਹੈ ਸੱਜੇ ਹੱਥ ਚੋਂ ਖੁਜਲੀ ਵਿੱਚ ਜਾਣੀ ਚਾਹੀਦੀ ਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਵਾਪਰਦੀਆਂ ਪਈਆਂ ਤੇ ਮੰਦ ਭਾਗੇ ਤਰੀਕੇ ਨਾਲ ਵਾਪਰਦੀਆਂ ਪਈਆਂ। ਇਹਨਾਂ ਦੇ ਰੋਕਥਾਮ ਵਾਸਤੇ ਹੁਣ ਆ ਜਿਹੜੀਆਂ ਟਾਸਕ ਫੋਰਸਾਂ ਬਣਾਈਆਂ ਗਈਆਂ, ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਲਗਾਤਾਰਤਾ ਬਣਾਈ ਰੱਖਣੀ ਚਾਹੀਦੀ ਆ। ਜਦੋਂ ਲਗਾਤਾਰਤਾ ਹੋਏਗੀ, ਇੱਕ ਡਰ ਹੋਏਗਾ, ਸਤੰਜਾ ਹੋਏਗਾ, ਫਿਰ ਸ਼ਾਇਦ ਕੋਈ ਗੱਲ ਬਣੇਗੀ। ਨਹੀਂ ਤੇ ਆ ਵਹਿਣਾ ਦਾ ਹਾਲ ਤੇ ਆ ਕਿ ਜਿਹੜਾ 2 ਮਹੀਨੇ ਟਰੈਕਟਰ ਚਲਾ ਲੈਂਦਾ, ਭੱਠੇ ਤੇ ਮੁੜ ਕੇ ਕਹਿ ਦਿੰਦਾ ਕਿ ਪਾਪਾ ਮੈਂ ਹੁਣ ਸਕੂਲ ਵੈਨ ਦਾ ਡਰਾਈਵਰ ਬਣ ਗਿਆ, ਸਕੂਲ ਵੈਨ ਚਲਾਇਆ ਕਰੂੰਗਾ, ਤੇ ਪਤਾ ਉਦੋਂ ਲੱਗਦਾ ਜਦੋਂ ਕਿਤੇ ਨਾ ਕਿਤੇ ਚੰਦ ਚਾੜ ਦਿੰਦਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਇਹ ਤਾਂ ਹੀ ਰੋਕ ਸਕਦੀਆਂ ਜੇ ਸ਼ਿੱਦਤ ਦੇ ਨਾਲ ਕੰਮ ਕੀਤਾ ਜਾਵੇ। ਜੀ ਜੀ ਅਗਲੀ ਆਪਾਂ ਮਿੰਟ ਜੀ ਗੱਲ ਕਰਦੇ ਹਾਂ। ਨਵਜੋਤ ਸਿੱਧੂ ਨੇ ਕੀਤੀ ਕਹਿੰਦੇ ਚੋਣ ਜ਼ਾਬਤੇ ਦੀ ਉਲੰਘਣਾ, ਨਿੱਜੀ ਸਕੂਲ ਨੂੰ 10 ਲੱਖ ਦੇਣ ਦਾ ਐਲਾਨ। ਦੇਖੋ ਇਹ ਜਿਹੜਾ 10 ਲੱਖ ਰੁਪਏ ਦਾ ਇਹਨੇ ਐਲਾਨ ਕੀਤਾ ਵਾ, ਇਹ ਕੀਤਾ ਵੀ ਜਲੰਧਰ ਜ਼ਿਲ੍ਹੇ ਦੇ ਵਿੱਚ ਹੀ ਹੈ ਜਿੱਥੇ ਚਾਹਕੋਟ ਦੀ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਜਦੋਂ ਕਿ ਇਹਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ, ਜਾਂ ਇਹਨੂੰ ਕਹਿ ਸਕਦੇ ਕੋਡ ਆਫ ਕੰਡਕਟ, ਜਿਹਨੂੰ ਮਾਡਲ ਕੋਡ ਆਫ ਕੰਡਕਟ ਆਪਾਂ ਕਹਿੰਦੇ, ਉਹ ਲਾਗੂ ਹੋਇਆ ਪਿਆ, ਤਾਂ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕੋਡ ਆਫ ਕੰਡਕਟ ਦਾ ਉਲੰਘਣ ਮੰਨੀਆਂ ਜਾਂਦੀਆਂ ਕਿ ਤੁਸੀਂ ਇਸ ਤਰ੍ਹਾਂ ਦੀ ਕੋਈ ਗ੍ਰਾਂਟ ਨਹੀਂ ਐਲਾਨ ਸਕਦੇ। ਆ ਵੇਖੋ ਨਾ, ਕੱਲ ਅਧਿਆਪਕਾਂ ਨੇ ਜਿਹੜੇ ਵਿਚਾਰੇ, ਜਿਹਨਾਂ ਦਾ ਹਾਲ ਆਪਾਂ ਲਗਾਤਾਰ ਖ਼ਬਰਾਂ 'ਚ ਵਿਚਾਰਦੇ ਰਹਿੰਦੇ ਹਾਂ, ਉਹ ਆਪਣੀਆਂ ਸਮੱਸਿਆਵਾਂ ਲੈ ਕੇ ਕੈਪਟਨ ਸਾਹਿਬ ਨਾਲ ਮਿਲੇ ਨੇ, ਤੇ ਕੈਪਟਨ ਸਾਹਿਬ ਨੇ ਕਿਹਾ ਕਿ ਦੇਖੋ ਹੁਣ ਕੋਡ ਆਫ ਕੰਡਕਟ ਲੱਗਾ ਵਾ, ਤੇ ਇਹ ਚੋਣ ਲੰਘ ਜਾਣ ਦਿਓ, ਫੇਰ ਆਪਾਂ ਤੁਹਾਡਾ ਕੋਈ ਹੱਲ ਕਰਾਂਗੇ। ਉਹ ਖੁਸ਼ੀ ਖੁਸ਼ੀ ਪਰਤਾ ਹੈ ਕਿ ਕੋਈ ਗੱਲ ਨੀ, ਸਰਕਾਰ ਦੀ ਮਜਬੂਰੀ ਆ ਯਾਰ, ਜਿੱਥੇ ਇੰਨਾ ਟਾਈਮ ਲੰਘਿਆ ਉੱਥੇ ਹੋਰ ਕੱਢ ਲੈਂਦੇ ਆ। ਤਾਂ ਹੁਣ ਇੱਕ ਪਾਸੇ ਜਦੋਂ ਅਧਿਆਪਕਾਂ ਨੂੰ ਟਰਕਾਉਣਾ ਹੁੰਦਾ, ਉਦੋਂ ਕਹਿੰਦੇ ਆ ਕਿ ਕੋਡ ਆਫ ਕੰਡਕਟ ਲੱਗਾ, ਤੇ ਦੂਜੇ ਪਾਸੇ ਕੋਡ ਆਫ ਕੰਡਕਟ ਨੂੰ ਆਪ ਹੀ ਦੂਰਾ ਤੀਰਾ ਕਰਕੇ ਤੇ ਝੋਲੇ ਚ ਪਾ ਲੈਂਦੇ ਆ। ਸੋ ਇਹ ਚੀਜ਼ਾਂ ਜਿਹੜੀਆਂ ਨੇ ਗਲਤ ਵਾਪਰਦੀਆਂ ਪਈਆਂ। ਕੱਲ ਵੀ ਦੇਖੋ ਇਹਨਾਂ ਦੀ ਸ਼ਿਕਾਇਤ ਹੋਈ ਹੈ, ਸ਼ਿਕਾਇਤ ਤੇ ਨੋਟਿਸ ਵੀ ਹੋ ਗਿਆ ਮੇਰੇ ਖਿਆਲ ਦੇ ਨਾਲ, ਚੋਣ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਨੋਟਿਸ ਵੀ ਕੱਢ ਦਿੱਤਾ, ਕਿਉਂਕਿ ਇਹਨਾਂ ਨੇ ਸ਼ਾਹਕੋਟ ਦਾ SDM ਨਾਲ ਦੀ ਨਾਲ ਬਦਲ ਦਿੱਤਾ। ਜਦੋਂ ਪੰਜਾਬ ਚੋਣ ਕਮਿਸ਼ਨ ਨੇ ਸ਼ਾਹਕੋਟ ਦਾ ਇਲੈਕਸ਼ਨ ਐਲਾਨ ਦਿੱਤਾ, ਤਰੀਕਾਂ ਐਲਾਨ ਦਿੱਤੀਆਂ, ਯਾਨੀ ਕੋਡ ਆਫ ਕੰਡਕਟ ਲਾਗੂ ਹੋ ਗਿਆ, ਤਾਂ ਠੀਕ ਉਸ ਵੇਲੇ ਸ਼ਾਹਕੋਟ ਦਾ ਰਾਤੋ ਰਾਤ ਫਿਰ 2 SHO ਬਦਲ ਦਿੱਤੇ ਜਾਂਦੇ ਆ, ਖਾਸ ਤੌਰ ਤੇ 1 SHO ਜਿਹੜਾ ਕਿ ਸ਼ਾਹਕੋਟ ਦੇ ਇੱਕ ਬਹੁਤ ਬਹੁਤ ਮਹੱਤਵਪੂਰਨ ਥਾਣੇ ਦੇ ਵਿੱਚ ਲਾਇਆ ਗਿਆ। ਇਹਦਾ ਮਤਲਬ ਆ ਕਿ ਕੋਡ ਆਫ ਕੰਡਕਟ ਹੈ ਜਿਹੜਾ ਜਿਹੜਾ ਸੱਤਾ ਦੇ ਵਿੱਚ ਹੁੰਦਾ, ਉਹ ਕੋਈ ਪ੍ਰਵਾਹ ਪ੍ਰਭੂ ਨਹੀਂ ਕਰਦਾ। ਹੁਣ ਹਾਲਾਂਕਿ ਚੋਣ ਕਮਿਸ਼ਨ ਨੇ ਨੋਟਿਸ ਕੱਢਿਆ, ਚੋਣ ਕਮਿਸ਼ਨ ਮੈਂ ਕਹੂੰਗਾ ਕਿ ਬਿਨਾਂ ਦੰਦਾਂ ਤੋਂ ਸ਼ੇਰ ਆ, ਇੱਥੇ ਭਾਰਤ ਦੇ ਵਿੱਚ ਕੱਚ ਨਹੀਂ ਕਰਦਾ। ਉਹ ਨੋਟਿਸ ਕੱਢ ਦਿੰਦਾ, ਇਹ ਨੋਟਿਸ ਦਾ ਪਹਿਲੀ ਗੱਲ ਜਵਾਬ ਨਹੀਂ ਦਿੰਦੇ, ਜੇ ਜਵਾਬ ਦਿੰਦੇ ਆ ਤੇ ਉਹ ਜਵਾਬ ਤੋਂ ਸੰਤੁਸ਼ਟ ਹੋਣ ਤੋਂ ਸਿਵਾ ਉਹਦੇ ਕੋਲ ਕੋਈ ਚਾਰਾ ਨਹੀਂ ਹੁੰਦਾ, ਕਿਉਂਕਿ ਜਿਹੜਾ ਪੰਜਾਬ ਦਾ ਚੋਣ ਕਮਿਸ਼ਨ ਆ ਉਹ ਪੰਜਾਬ ਦੀ ਅਫਸਰਸ਼ਾਹੀ ਹੀ ਚਲਾਉਂਦੀ ਹੈ ਨਾ, ਤੇ ਪੰਜਾਬੀ ਅਫਸਰਸ਼ਾਹੀ ਨਹੀਂ ਹੈ ਨਾ। ਸੋ ਇਹ ਸਾਰਾ ਕੁਝ ਜਿਹੜਾ ਵਾਪਰਦਾ ਪਿਆ ਗਲਤ ਆ, ਪਰ ਨਵਜੋਤ ਸਿੱਧੂ ਨੇ ਜਿਸ ਤਰੀਕੇ ਨਾਲ ਇਹ ਗ੍ਰਾਂਟ ਦਿੱਤੀ ਆ, ਮੇਰੇ ਖਿਆਲ ਦੇ ਨਾਲ ਇਹੋ ਜਿਹੇ ਇਸ਼ੂ ਤੋਂ ਬਚਣਾ ਚਾਹੀਦਾ ਸੀਗਾ, ਇਹੋ ਜਿਹੇ ਵਿਵਾਦ ਤੋਂ ਬਚਣਾ ਚਾਹੀਦਾ ਸੀਗਾ। ਪਰ ਮੈਂ ਜਿਵੇਂ ਕਿਹਾ ਕਿ ਜਿਹਦੇ ਹੱਥ ਸੱਤਾ ਹੁੰਦੀ ਆ ਉਹ ਫਿਰ ਪ੍ਰਵਾਹ ਪ੍ਰਭੂ ਨਹੀਂ ਕਰਦਾ। ਇਹ 2 ਦਿਨਾਂ ਦੇ ਵਿੱਚ ਲਗਾਤਾਰ 2 ਉਲੰਘਣ ਹੋਏ ਆ ਕਾਂਗਰਸ ਵੱਲੋਂ ਮਾਡਲ ਕੋਡ ਆਫ ਕੰਡਕਟ ਦੇ। ਅੱਗੇ ਦੇਖੋ ਕਿੰਨੇ ਹੁੰਦੇ ਆ ਤੇ ਕਾਰਵਾਈ ਕਿੰਨੀ ਕੁ ਹੁੰਦੀ ਆ, ਕਾਰਵਾਈ ਕਿੰਨੀ ਕੁ ਹੁੰਦੀ ਹੈ, ਮੈਂ ਇਸ ਕਰਕੇ ਕਹਿ ਰਿਹਾ ਕਿ ਅੱਗੇ ਜਿੰਨੀ ਕੁ ਹੁੰਦੀ ਆ ਉਹ ਬਸ ਊਣੀ ਜੀ ਹੁੰਦੀ ਆ। ਜੀ ਜੀ ਕਹਿੰਦੇ ਹੁਣ ਇੱਕ NRI ਟੈਂਕੀ ਤੇ ਚੜਿਆ ਹੈ। ਦੇਖੋ ਦੁਖੀ ਹੋਇਆ ਬੰਦਾ, ਹੁਣ ਟੈਂਕੀ ਤੇ ਚੜੂਗਾ, ਟਰੈਕਟਰ ਤੇ ਤੇ ਚੜਨ ਹੋ ਰਿਹਾ ਜੀ। ਇਹ NRI ਹੈ ਜਿਹੜਾ ਵਿਚਾਰਾ, ਜਿਵੇਂ ਆਂਦੇ ਹੁੰਦੇ ਨਾ ਹਰਖ ਦਾ ਮਾਰਿਆ ਬੰਦਾ ਨਰਕ ਨੂੰ ਚਲੇ ਜਾਂਦਾ। ਇਹ ਇਟਲੀ ਚੋਂ ਆਇਆ ਸੀਗਾ, ਜਦੋਂ ਆ ਕੇ ਵੇਖਿਆ ਕਿ ਚਲੋ ਦਾਣਾ ਪੱਕਾ ਸਾਂਭ ਕੇ ਤੇ ਫੇਰ ਪਰਤਾਂਗੇ ਆਪਣੇ ਕਰਮ ਭੂਮੀ ਨੂੰ। ਇਹਨੇ ਜਦੋਂ ਤਿਆਰੀ ਵੱਟੀ ਸੀ ਤੇ ਠੀਕ ਉਸ ਵੇਲੇ ਦੱਸਦੇ ਆ ਕਿ ਇਹਦਾ ਭਰਾ ਸਾਰਾ ਦਾਣਾ ਫੋਕਾ ਸਾਂਭ ਗਿਆ, ਯਾਨੀ ਉਹਦੀ ਕਣਕ ਖੜੀ ਸੀ ਵੱਢ ਕੇ ਲੈ ਗਿਆ। ਇਹ ਪਿੰਡ ਆ ਡੱਗੂ ਰੁਮਾਣਾ, ਉੱਥੋਂ ਦੀ ਕਬੱਡੀ ਦੀ ਟੀਮ ਬੜੀ ਮਸ਼ਹੂਰ ਆ, ਫਰੀਦਕੋਟ ਦਾ ਬੜਾ ਪਿੰਡ ਮਸ਼ਹੂਰ ਹੈ। ਤਾਂ ਇਹ NRI ਸੀ ਜਿਹੜਾ, ਇਹਨੇ ਦਾਦ ਫਰਿਆਦ ਕਈ ਥਾਈ ਕੀਤੀ ਕਿ ਮੇਰਾ ਭਰਾ ਧੱਕੇ ਨਾਲ ਹੀ ਮੇਰਾ ਹੱਕ ਮਾਰੀ ਜਾਂਦਾ, ਮੈਨੂੰ ਇਨਸਾਫ਼ ਦਿਓ। ਜਦੋਂ ਕੋਈ ਗੱਲ ਨੀ ਬਣੀ ਦੱਸਦੇ ਆ ਕਿ ਫਿਰ ਪਿੰਡ ਦੀ ਆਪਣੀ ਟੈਂਕੀ ਤੇ ਚੜ ਗਿਆ। ਸ਼ਾਮ ਤੱਕ ਉਤਰਿਆ ਕੋਈ ਨੀ ਸੀਗਾ, ਬਥੇਰਿਆਂ ਨੇ ਇਹਨੂੰ ਸਮਝਾਇਆ ਬੁਝਾਇਆ ਕਿ ਥੱਲੇ ਆ ਜਾ। ਇਹ ਕਹਿੰਦਾ ਕਿ ਨਹੀਂ ਮੈਂ ਤੇ ਮਰੂੰਗਾ, ਮੇਰਾ ਹੱਕ ਹੀ ਨੀ, ਜਦੋਂ ਤੁਸੀਂ ਦਬਾਉਂਦੇ ਤੇ ਮੇਰਾ ਜਿਉਣ ਦਾ ਹੱਜ ਕੀ ਆ। ਮੀਡੀਆ ਵਾਲਿਆਂ ਨੇ ਇਹਦੇ ਨਾਲ ਗੱਲ ਕੀਤੀ ਸੀ NRI ਨਾਲ, ਤੇ NRI ਕਹਿੰਦਾ ਕਿ ਦੇਖੋ ਮੈਂ ਦੁਖੀ ਹੋਇਆ ਇੱਥੇ ਚੜਿਆ,
ਮੇਰਾ ਕੋਈ ਸ਼ੌਂਕ ਨਹੀਂ ਹੈ। ਔਰ ਜਦੋਂ ਮੀਡੀਆ ਵਾਲਿਆਂ ਨੇ ਕਿਹਾ ਕਿ ਤੁਸੀਂ ਪ੍ਰਸ਼ਾਸਨ ਦੀ ਹੈਲਪ ਲਓ, ਕਹਿੰਦਾ ਕਿ ਇਹ ਤੇ ਆਪ ਹੈਲਪਲੈਸ ਹੋਏ ਪਏ ਆ, ਇਹਨਾਂ ਨੇ ਮੇਰੀ ਕੀ ਹੈਲਪ ਕਰਨੀ ਹੈ, ਤੇ ਰਲੇ ਮਿਲੇ ਆਪ ਇਹਨਾਂ ਦੇ ਨਾਲ। ਸੋ ਇਹ ਦੁਖੀ ਹੋਇਆ ਬੰਦਾ ਜਿਹੜਾ ਉਹ ਚੜਿਆ, ਵੈਸੇ ਦੱਸਦੇ ਆ ਕਿ ਇਟਲੀ ਤੋਂ ਆਇਆ ਸੀਗਾ, ਹੁਣ ਰਾਤ ਦੇ ਹਨੇਰੇ ਚ ਉਤਰਿਆ ਜਾਂ ਨਹੀਂ ਉਤਰਿਆ ਇਸ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ। ਪਰ ਇਹ ਦੁਖੀ ਹੋਏ ਬੰਦੇ ਇਸ ਤਰ੍ਹਾਂ ਟੈਂਕੀਆਂ ਤੇ ਚੜ੍ਹਦੇ ਪਏ, ਇਕੱਲੇ ਟੈਂਕੀਆਂ ਤੇ ਚੜ੍ਹਦੇ ਨਹੀਂ ਪਏ, ਮਰਦੇ ਵੀ ਪਏ ਆ। ਬੀਤੇ ਦਿਨ ਹੀ ਅਸੀਂ ਇੱਕ ਫਤਿਹਗੜ੍ਹ ਜ਼ਿਲ੍ਹੇ ਦੇ ਵਿੱਚ ਇਸੇ ਤਰ੍ਹਾਂ ਦੀ ਘਟਨਾ ਵੇਖੀ ਸੀਗੀ, ਜਿਹਦੇ ਵਿੱਚ ਕੁਝ ਕਾਂਗਰਸੀਆਂ ਦਾ ਹੀ ਦੋਸ਼ ਇਹ ਪਾਇਆ ਜਾ ਰਿਹਾ ਸੀਗਾ ਕਿ ਉਹਨਾਂ ਨੇ ਉਹਦੀ ਜ਼ਮੀਨ ਜਿਹੜੀ ਹੈ ਨਪਾਈ ਹੋਈ ਸੀਗੀ, ਤੇ ਬਾਅਦ ਦੇ ਵਿੱਚ ਮਰ ਗਿਆ ਸੀਗਾ ਬੰਦਾ। ਜੀ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਲਗਾਤਾਰ ਸਾਡੇ ਸਾਹਮਣੇ ਆਉਂਦੀਆਂ ਪਈਆਂ ਨੇ। ਹੁਣ ਦੇਖੋ ਅੱਗੇ ਇੱਕ ਵਾਰੀ ਪਟਿਆਲੇ ਜ਼ਿਲ੍ਹੇ ਦੇ ਵਿੱਚ ਇਸੇ ਤਰ੍ਹਾਂ ਹੋਇਆ ਸੀਗਾ ਕਿ ਇੱਕ ਕਿਸਾਨ ਕੰਬਾਈਨ ਲਿਆ ਕਿਸ਼ਤਾਂ ਤੇ, ਤੇ ਉਹਦੇ ਨਾਲ ਕੰਪਨੀ ਨੇ ਠੱਗੀ ਮਾਰ ਲਈ। ਠੱਗੀ ਦੀ ਰਕਮ ਜਦੋਂ ਉਹਨੇ ਪੁਲਿਸ ਵਾਲੇ ਨੂੰ ਕਰਾਈ ਤੇ ਉਹ ਜਿਹੜਾ ASIC 70,000 ਰੁਪਇਆ ਉਹਦੇ ਕੋਲ ਹੋਰ ਖਾ ਗਿਆ, ਉਹਨੇ ਰਕਮ ਵੀ ਨਹੀਂ ਕਰਾਇਆ, ਤੇ ਅਖੀਰ ਉਹ ਬੰਦਾ ਥਾਣੇ ਦੇ ਚੌਂਕੀ ਦੇ ਦਰਾਂ ਦੇ ਵਿੱਚ ਜਾ ਕੇ ਮਰ ਗਿਆ ਸੀ। ਸੋ ਇਹ ਜਿਹੜੇ ਝਗੜੇ ਵਾਪਰਦੇ ਆ, ਆ NRI ਕਮਿਸ਼ਨ, ਫਲਾਣਾ ਕਮਿਸ਼ਨ, ਧਮਕਾਣਾ ਕਮਿਸ਼ਨ, NRI ਥਾਣੇ, ਇਹ ਦੱਸੋ ਇਹ ਸੇਵੀਆਂ ਵੱਟਣ ਨੂੰ ਉੱਥੇ ਬਣਾਏ ਹੋਏ ਆ? ਜੇ NRI ਦੀ ਤੁਸੀਂ ਕਿਤੇ ਗੱਲ ਹੀ ਨਹੀਂ ਸੁਣਨੀ, NRI ਨੂੰ ਤੁਸੀਂ ਕਿਤੋਂ ਇਨਸਾਫ਼ ਹੀ ਨਹੀਂ ਦਿਵਾਉਣਾ, ਫਿਰ ਤੁਸੀਂ ਇਹ ਕਾਹਦਾ, ਇਹ ਸਾਰਾ ਪੱਥਰ ਪੱਥਰ ਤੁਸੀਂ ਲਾ ਲਾ ਕੇ, ਪੱਥਰ ਲਾ ਲਾ ਕੇ ਇਹ ਤੁਸੀਂ ਸਾਰਾ ਧਮਧਮਾ ਕਾਹਤੋਂ ਖੜਾ ਕੀਤਾ? ਇਹਨਾਂ ਪੱਥਰਾਂ ਦੇ ਵਿੱਚ ਬੈਠੇ ਜਿਹੜੇ ਅਫਸਰ ਆ ਉਹਨਾਂ ਨੇ ਵੀ ਪੱਥਰ ਪ੍ਰਾਣ ਹੋਏ ਰਹਿਣਾ। ਜ਼ਰੂਰਤ ਤੇ ਇਸ ਗੱਲ ਦੀ ਆ ਕਿ ਕੋਈ ਇਹੋ ਜਿਹੀ ਹੈਲਪਲਾਈਨ ਬਣਾਈ ਜਾਵੇ, ਕੋਈ ਇਹੋ ਜਿਹਾ ਚੈਨਲ ਬਣਾਇਆ ਜਾਵੇ ਜਿਹਦੇ ਥਰੂ NRI ਆ ਜਿਹੜਾ ਦੁਖੀ ਹੋਇਆ NRI ਝੱਟ ਫੱਟ ਆਪਣੇ ਲਈ ਇਨਸਾਫ਼ ਦਾ ਰਾਹ ਪੱਧਰਾ ਕਰ ਸਕੇ। ਸੋ ਜ਼ਰੂਰਤ ਇਸ ਗੱਲ ਦੀ ਆ, ਪਰ ਜੋ ਇੱਕ ਘਟਨਾਵਾਂ ਵਾਪਰਦੀਆਂ ਪਈਆਂ ਸਾਡੇ ਪੰਜਾਬ ਦੇ ਦੁਖੀ ਲੋਕ ਤੇ ਟੈਂਕੀਆਂ ਤੇ ਚੜ੍ਹਦੇ ਹੀ ਆ, ਪਰ ਇੱਥੇ ਹੁਣ NRI ਵੀ ਟੈਂਕੀਆਂ ਤੇ ਚੜ੍ਹਨ ਲੱਗ ਪਏ ਆ, ਅੱਗੇ ਤੇ ਜਹਾਜ਼ਾਂ ਤੇ ਚੜ੍ਹਾ ਕੇ ਉਹਨਾਂ ਨੂੰ ਇੱਧਰੋਂ ਤੋਰਿਆ, ਰੋਟੀ ਖਾਣੋ ਉਧਰ ਨੂੰ ਗਏ ਆ, ਹੁਣ ਇੱਥੇ ਆਏ ਜਿਹੜਾ ਕੁਛ ਬਚਿਆ ਖੁਚਿਆ ਸਮੇਟਣ ਉਹ ਵੀ ਹਾਸਲ ਕਰਨ ਲਈ ਉਹਨਾਂ ਨੂੰ ਟੈਂਕੀਆਂ ਤੇ ਚੜ੍ਹਨਾ ਪੈ ਰਿਹਾ। ਮੇਰੇ ਖਿਆਲ ਦੇ ਨਾਲ ਇਸ ਤੋਂ ਵੱਡੀ ਕੋਈ ਸ਼ਰਮ ਵਾਲੀ ਗੱਲ ਨਹੀਂ ਹੋ ਸਕਦੀ। ਜੀ ਜੀ, ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰ ਲਈਏ ਵੀ ਪੱਤਰਕਾਰ ਨੇ ਕਹਿੰਦੇ ਕਿਸੇ ਨੂੰ ਫਸਾਉਣ ਦਾ ਯਤਨ ਕੀਤਾ, ਆਪ ਹੀ ਫਸ ਗਿਆ। ਸ਼ਿਕਾਰੀ ਕਦੇ ਕਦੇ ਆਪ ਵੀ ਸ਼ਿਕਾਰ ਹੋ ਜਾਂਦੇ ਆ ਨਾ। ਜੀ ਜੀ, ਇਹ ਜਿਹੜਾ ਪੱਤਰਕਾਰ ਹੈ ਮੁਕਤਸਰ ਜ਼ਿਲ੍ਹੇ ਦਾ, ਇਹ ਪੱਤਰਕਾਰ ਵੈਸੇ ਕਾਫੀ ਮਸ਼ਹੂਰ ਪੱਤਰਕਾਰ ਆ। 2012 ਦੇ ਵਿੱਚ ਵੀ ਇਹ ਤੋਂ ਗੋਲੀ ਗੱਪਾ ਫੜਿਆ ਗਿਆ ਸੀਗਾ। ਧੰਨ ਨੇ ਇਹੋ ਜਿਹੇ ਅਖਬਾਰ ਜਿਹੜੇ ਇਹੋ ਜਿਹੇ ਮਹਾਨ ਪੱਤਰਕਾਰਾਂ ਨੂੰ ਇਹ ਕਹਿ ਦਿੰਦੇ ਆ ਕਿ ਤੁਹਾਡੀਆਂ ਸੇਵਾਵਾਂ ਸਾਨੂੰ ਹੋਰ ਚਾਹੀਦੀਆਂ। ਸੋ ਇਹ ਪੱਤਰਕਾਰ ਕੀ ਕਰਦਾ, ਇਹਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਫਲਾਣੇ ਦੇ ਘਰ ਦੇ ਵਿੱਚ ਗੋਲੀਆਂ ਦਾ ਜ਼ਖੀਰਾ ਪਿਆ, ਜਾ ਕੇ ਬਰਾਮਦ ਕਰ ਲਓ, ਬਾਥਰੂਮ ਦੇ ਉੱਤੇ ਪਈਆਂ ਗੋਲੀਆਂ। ਜਾ ਕੇ ਪੁਲਿਸ ਨੇ ਰੇਡ ਕੀਤੀ ਤੇ 4575 ਗੋਲੀਆਂ ਪਈਆਂ ਗਈਆਂ। ਪੁਲਿਸ ਨੇ ਜਦੋਂ ਹਾਲਾਤ ਵੇਖੇ, ਕਿਉਂਕਿ ਪੁਲਿਸ ਤੁਹਾਨੂੰ ਪਤਾ ਬੜੀ ਕਾਂਟੀ ਹੁੰਦੀ, ਬੜੀ ਚਾਤਰ ਹੁੰਦੀ ਹੈ, ਉਹਨੂੰ ਪਤਾ ਹੁੰਦਾ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਹੀ ਕੀ ਆ ਗਲਤ ਕੀ ਆ। ਪੁਲਿਸ ਆਪਣੀ ਆਈ ਤੇ ਆ ਜਾਵੇ ਤੇ ਉਹ ਅੱਖ ਦੇ ਫੁਰਕਾਰੇ ਨਾਲ ਦੱਸ ਸਕਦੀ ਆ ਜਾਇਜ਼ ਕੀ ਆ ਨਜਾਇਜ਼ ਕੀ ਆ। ਤਾਂ ਪੁਲਿਸ ਨੇ ਜਦੋਂ ਹਾਲਾਤ ਦੇਖੇ, ਹਾਲਾਤ ਇਹੋ ਜਿਹੇ ਸਨ ਕਿ ਉਹ ਬੰਦਾ ਜਿਹੜਾ ਜਿਹਦੇ ਘਰੋਂ ਇਹ ਬਰਾਮਦ ਹੋਈ ਆ ਉਹ ਬੰਦਾ ਦੋਸ਼ੀ ਨਹੀਂ ਸੀ ਬਣ ਗਿਆ। ਫਿਰ ਇਹਨਾਂ ਨੇ ਜਿਹੜੇ ਬੰਦੇ ਨੇ ਸੂਚਨਾ ਦਿੱਤੀ ਸੀ, ਯਾਨੀ ਪੱਤਰਕਾਰ ਸਾਹਿਬ, ਉਹਨੂੰ ਕਿਹਾ ਕਿ ਆਓ ਪੱਤਰਕਾਰ ਸਾਹਿਬ ਥੋੜਾ ਜਿਹਾ ਤੁਹਾਡੇ ਨਾਲ ਹਿਸਾਬ ਕਿਤਾਬ ਕਰਦੇ ਆ। ਦੱਸਦੇ ਪੱਤਰਕਾਰ ਮਟਰ ਪਨੀਰ ਛੱਡ ਕੇ ਭੱਜ ਨਿਕਲਿਆ, ਉੱਥੋਂ ਭੱਜ ਗਿਆ। ਫਿਰ ਜਦੋਂ ਇਸ ਤਰ੍ਹਾਂ ਦਾ ਸਾਰਾ ਕੁਝ ਸਾਫ਼ ਹੋ ਗਿਆ ਕਿ ਇਸ ਬੰਦੇ ਨੂੰ ਫਸਾਉਣ ਲਈ ਇਸ ਪੱਤਰਕਾਰ ਨੇ ਪੁਲਿਸ ਨੂੰ ਗੁੰਮਰਾਹ ਕੀਤਾ ਸੀਗਾ, ਜਦਕਿ ਗੋਲੀਆਂ ਇਸ ਬੰਦੇ ਨੇ ਆਪ ਹੀ ਉਹਦੇ ਘਰ 'ਚ ਟਕਾਈਆਂ ਸੀਗੀਆਂ। ਸੋ ਹੁਣ ਉਹਦੇ ਤੇ ਪਰਚਾ ਦਰਜ ਹੋ ਗਿਆ ਪੱਤਰਕਾਰ ਸਾਹਿਬ ਤੇ। ਪੱਤਰਕਾਰ ਕਾਹਦਾ, ਪੱਤਰਪਾੜ ਹੀ ਕਹਿ ਸਕਦੇ ਹਾਂ, ਜਿਹੜਾ ਹਰ ਇੱਕ ਵਾਰੀ ਇਸ ਤਰ੍ਹਾਂ ਦਾ ਕੰਮ ਕਰਦਾ। 2012 ਚ ਵੀ ਗ੍ਰਿਫਤਾਰ ਹੋ ਗਿਆ, 2018 ਆਇਆ ਤੇ ਫਿਰ ਇਸ ਤਰ੍ਹਾਂ ਦਾ ਯੱਬ ਪੈ ਗਿਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਾਪਰਦੀਆਂ ਪਈਆਂ ਗਲਤ ਨੇ। ਪਹਿਲੀ ਗੱਲ ਤੇ ਇਹ ਗਲਤ ਹੈ, ਚਾਹੇ ਤੁਸੀਂ ਪੱਤਰਕਾਰ ਹੈ ਚਾਹੇ ਤੁਸੀਂ ਆਮ ਸਿਵਿਲੀਅਨ ਆ, ਕਿਸੇ ਨੂੰ ਇਸ ਤਰ੍ਹਾਂ ਤੁਸੀਂ ਫਸਾਉਂਦੇ ਹੋ ਇਹ ਬਹੁਤ ਗਲਤ ਕਰਤੂਤ ਆ। ਦੂਜੀ ਚੀਜ਼ ਇਹ ਆ ਕਿ ਜਦੋਂ ਤੁਸੀਂ ਇਸ ਤਰ੍ਹਾਂ ਲੋਕ ਸੇਵਕ ਹੋਵੋ, ਪੱਤਰਕਾਰ ਵੀ ਲੋਕ ਸੇਵਕ ਆ, ਜਿੱਦਾਂ ਪਬਲਿਕ ਸਰਵੈਂਟ ਹੁੰਦੇ ਆ ਜਾਂ ਜਿੱਦਾਂ ਸੰਵਿਧਾਨਕ ਅਹੁਦਿਆਂ ਤੇ ਬੈਠੇ ਨੇਤਾ ਹੁੰਦੇ ਆ, ਤੇ ਇਹ ਵੀ ਪਬਲਿਕ ਸਰਵੈਂਟ ਹੁੰਦੇ ਆ। ਤੇ ਜੇ ਪਬਲਿਕ ਸਰਵੈਂਟ ਇਹੋ ਜਿਹੀ ਸੇਵਾ ਕਰਨ ਲੱਗ ਜਾਣ, ਤੇ ਫਿਰ ਜਿਹੜੀ ਅੱਗੋਂ ਲੋਕ ਸੋਸ਼ਲ ਮੀਡੀਆ ਤੇ ਸੇਵਾ ਕਰਦੇ ਆ ਪੱਤਰਕਾਰਾਂ ਦੀ, ਫਿਰ ਉਹਨੂੰ ਠੀਕ ਹੀ ਕਿਹਾ ਜਾਊਗਾ? ਸੋ ਉਹ ਮਣ ਮਣ ਦੀਆਂ ਗਾਲਾਂ ਦਿੰਦੇ ਆ, ਫਿਰ ਜਿਹੜੇ ਬੰਦੇ ਇਮਾਨਦਾਰੀ ਨਾਲ ਕੰਮ ਕਰਦੇ ਉਹ ਵੀ ਪਸੀਨੇ ਪਸੀਨੇ ਹੋ ਕੇ ਪੁੱਠੇ ਮੁੜ ਜਾਂਦੇ ਕਿ ਕੀ ਕਰੀਏ, ਸਾਡੇ ਵਿੱਚ ਕੁਛ ਕਾਲੀਆਂ ਭੇਡਾਂ ਨੇ। ਸੋ ਇਸ ਤਰ੍ਹਾਂ ਦੀਆਂ ਕਾਲੀਆਂ ਭੇਡਾਂ ਜਿਹੜੀਆਂ ਉਹਨਾਂ ਨੂੰ ਪੱਤਰਕਾਰੀ ਦੇ ਪੇਸ਼ੇ ਤੋਂ ਜਿਹੜੇ ਵੱਡੇ ਅਦਾਰੇ ਆ ਜਾਂ ਮੀਡੀਆ ਹਾਊਸ ਹੈ ਜਿਹੜੇ, ਉਹ ਦੂਰ ਰੱਖਣ ਤੇ ਭਲਾ ਹੈ। ਜੀ ਜੀ ਜੀ, ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੋ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਨ ਕੀ ਸਤਿ ਸ਼੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।